पग पंकज बंदन पग पंकज बंदन सिमरो अंगद दोख निकंदन अमरदास गुर हृदय त्यामो हृदय त्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहु गुरु तेग बहादुर परम कृपाला परम कृपाला श्री गुरु गोबिंद सिंह विशाला धरों धरा पर पुन पुन शीशा पुन पुन शीशा बंद हो बार बार जगदी धरों धरा पर पुन पुन शीशा पुन पुन शीशा बंद हो बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु तेहे प्रसाद सच होए वाहे गुरु जी की फतेह विघ्न विनाशन सो वाहे गुरु जी की फतेह विघ्न विनाशन सोए हाँ जी।
ਕੇਤਕ ਦਿਨ ਮਹਿ ਪਹੁੰਚੇ ਜਾਏ, ਬਹੁਪੁਰ ਕੇ ਮਿਲ ਦੁਜ ਸਮੁਦਾਏ, ਦੁਰਗ ਤੁਰਗ ਕੇ ਥਿਰੇ ਅਗਾਰੀ, ਬੂਝੈ ਆਪਣੀ ਬ੍ਰਥਾ ਉਚਾਰੀ। ਕੇਤਕ ਦਿਨ ਮਹਿ ਪਹੁੰਚੇ ਜਾਏ, ਧੰਨ ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ, ਗਰੀਬ ਨਵਾਜ ਮਿਹਰਬਾਨ ਦਿਆਲੂ ਕਿਰਪਾਲੂ, ਲੋਕ ਪਰਲੋਕ ਵਿੱਚ ਆਪਣਿਆਂ ਦਾਸਾਂ ਦੀ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਮਿਹਰ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਲੋਕ ਪਰਲੋਕ ਕੇ ਰੱਖਿਅਕ ਸ਼ਬਦਾ ਅਵਤਾਰ ਸੱਚੇ ਪਾਤਸ਼ਾਹ, ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਅੰਤਰ ਜਾਮੀ ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਹਾਜ਼ਰੀ ਦੇ ਅੰਦਰ ਸੁਭਾਈਮਾਨ ਸਾਧ ਸੰਗਤ ਜੀ, ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਦੇ ਪਾਸੋਂ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਜੀ। ਭਾਈ ਸਾਹਿਬ ਜੀ ਆਪ ਜੀ ਨੂੰ ਗੁਰਬਾਣੀ ਦਾ ਸ਼ਬਦ ਸਰਵਣ ਕਰਾ ਰਹੇ ਸੀ। ਹਰ ਜੇਠ ਜੁੜਨ ਦਾ ਲੋਹੜੀ ਹੈ, ਜਿਸ ਅੱਗੇ ਸਭ ਨਿਬੰਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਇਸਨਾਂ ਤੁਕਾਂ ਦਾ ਕੀਰਤਨ, ਇਸ ਸ਼ਬਦ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਜੀ। ਅੱਜ ਸੰਗਰਾਂਦ ਦਾ ਵੀ ਦਿਨ ਹੈ ਸੰਗਤ ਜੀ, ਸੰਗਰਾਂਦ ਵਾਲਾ ਕੀਰਤਨ ਭਾਈ ਸਾਹਿਬ ਜੀ ਨੇ ਕੀਤਾ ਜੀ। ਭਾਵੇਂ ਕਿ ਹੁਣ ਸਾਡੇ ਵੀਰੇ ਕਹਿਣ ਲੱਗ ਪਏ ਵੀ ਸੰਗਰਾਂਦ ਮਨਾਉਂਦੇ ਇਸ ਤਰ੍ਹਾਂ ਕਰਦੇ, ਬੜੇ ਲੋਕ ਬੋਲਦੇ ਨੇ, ਪਰ ਗੁਰਮੁਖੋ ਜੇ ਸੰਗਰਾਂਦ ਵਾਲਾ ਦਿਨ ਨਾ ਹੋਵੇ ਤਾਂ ਹੋ ਸਕਦਾ ਸਾਡੇ ਬੰਦਿਆਂ ਨੂੰ ਇਹ ਵੀ ਚੇਤਾ ਭੁੱਲ ਜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਕਿਹੜਾ ਮਹੀਨਾ ਚੱਲ ਰਿਹਾ ਜੀ। ਬਹੁਤ ਥੋੜ੍ਹੇ ਬੰਦਿਆਂ ਨੂੰ ਪਤਾ ਜੀ ਵੀ ਪਿਛਲਾ ਮਹੀਨਾ ਕਿਹੜਾ ਲੰਘ ਕੇ ਗਿਆ ਜੀ। ਹਾਂਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਆ ਜਿਹੜਾ ਕੱਲ੍ਹ ਮਹੀਨਾ ਸਮਾਪਤ ਹੋਇਆ ਜੀ, ਅੱਜ ਨਵਾਂ ਚੜ੍ਹ ਗਿਆ ਜੀ। ਬੜੇ ਥੋੜ੍ਹਿਆਂ ਨੂੰ ਪਤਾ ਹੋਏਗਾ ਵੀ ਕਿਹੜਾ ਮਹੀਨਾ ਸਮਾਪਤ ਹੋਇਆ ਅਤੇ ਅੱਜ ਕਿਹੜਾ ਆਰੰਭ ਹੋ ਗਿਆ ਜੀ। ਗਲਤ ਬੋਲ ਰਹੇ ਜੀ। ਹਾਂਜੀ, ਚੇਤ ਦਾ ਮਹੀਨਾ ਥੋੜ੍ਹੀ ਲੰਘਿਆ ਜੀ, ਉਹਨੂੰ ਗਏ ਨੂੰ ਤਾਂ 2 ਮਹੀਨੇ ਹੋ ਗਏ ਨੇ ਜੀ। ਇਹ ਗੱਲ ਸੱਚੀ ਹੈ ਜੀ, ਹੈਂ ਵਾਕਈ ਨਹੀਂ ਪਤਾ ਜੀ ਕੱਜ ਕਿਆ ਵਾਹਿਗੁਰੂ। ਹਾਂਜੀ, ਬਾਬਾ ਤਰਲੋਚਨ ਸਿੰਘ ਜੀ, ਚੇਤ ਨਹੀਂ ਲੰਘਿਆ, ਵਿਸਾਖ ਲੰਘਿਆ ਹੈ, ਕੱਜ ਕਿਆ ਵਾਹਿਗੁਰੂ, ਮਤਲਬ ਪਤਾ ਹੀ ਨਹੀਂ ਹੈ ਜੀ। ਅਤੇ ਜੇ ਸੰਗਰਾਂਦ ਨਾ ਹੋਏ ਜੀ ਤਾਂ ਸਾਨੂੰ ਇਹ ਵੀ ਨਾ ਪਤਾ ਹੋਵੇ ਵੀ ਅੱਜ ਕਿਹੜਾ ਮਹੀਨਾ ਚੜਿਆ ਜੀ। ਹਾਂਜੀ, ਸੰਗਰਾਂਦ ਨਾ ਹੋਵੇ ਤਾਂ ਇਹ ਵੀ ਨਾ ਪਤਾ ਲੱਗੇ ਜੀ। ਅੱਜ ਜੇਠ ਦਾ ਮਹੀਨਾ ਆਰੰਭ ਹੋਇਆ, ਗੱਜ ਕੇ ਆਖੋ ਵਾਹਿਗੁਰੂ। ਜੇਠ ਦਾ ਮਹੀਨਾ ਆਰੰਭ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਨਾ ਜਿਹੜਾ ਜੇਠ ਦੇ ਮਹੀਨੇ ਵਿੱਚ, ਉਹਦਾ ਕੀਰਤਨ ਆਪ ਜੀ ਸੁਣ ਰਹੇ ਸੀ। ਹਰ ਜੇਠ ਜੁੜਨ ਦਾ ਲੋਹੜੀ ਹੈ, ਜਿਸ ਅੱਗੇ ਸਭ ਨਿਬੰਨ, ਹਰ ਸੱਜਣ ਦਾਵਣ ਲੱਗਿਆਂ ਕਿਸੇ ਨਾ ਦੇਈ ਬੰਨ। ਸਭ ਤੋਂ ਪਹਿਲਾਂ ਇਸ ਪੰਗਤੀ ਵਿੱਚ ਸਾਨੂੰ ਮੰਨਣਾ ਪਏਗਾ ਜੀ ਵੀ ਰੱਬ ਤੋਂ ਵੱਡਾ ਦੂਜਾ ਔਰ ਕੋਈ ਨਹੀਂ ਹੈਗਾ ਜੀ। ਗੱਜ ਕੇ ਆਖੋ, ਇਹ ਗੱਲ ਮੰਨਣੀ ਪਏਗੀ ਜੀ, ਤਾਂਹੀਓ ਉਹਨੂੰ ਮੰਨਾਂਗੇ ਜੀ। ਮੈਂ ਕੱਲ੍ਹ ਪਰਸੋਂ ਵੀ ਬੇਨਤੀ ਕੀਤੀ ਸੀ, ਛੋਟਾ ਮੋਟਾ ਕੋਈ ਮੰਤਰੀ ਹੋਵੇ ਨਾ ਜੀ ਸੰਗਤ ਜੀ, ਉਹ 5 ਸਾਲਾਂ ਵਾਸਤੇ ਹੈਗਾ ਜੀ, 5 ਸਾਲਾਂ ਬਾਅਦ ਉਹਦੀ ਸਰਕਾਰ ਖਤਮ ਹੋ ਜਾਂਦੀ ਜੀ। ਪਰਮੇਸ਼ਰ ਜਿਹੜਾ ਉਹ ਸਦਾ ਵਾਸਤੇ ਹੈ ਜੀ, ਪਰਮੇਸ਼ਰ ਦਾ ਰਾਜ ਸਦਾ ਵਾਸਤੇ ਹੈ ਜੀ। ਇਸ ਸੰਸਾਰ ਵਿੱਚ ਤੁਸੀਂ ਕਿਸੇ ਵੀ ਪਾਸੇ ਚਲੇ ਜਾਓ, ਪਰਮੇਸ਼ਰ ਦਾ ਰਾਜ ਸਾਰੀਆਂ ਥਾਵਾਂ 'ਤੇ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਸਾਰੀਆਂ ਥਾਵਾਂ 'ਤੇ ਰੱਬ ਦਾ ਰਾਜ ਹੈ, ਪਰਮੇਸ਼ਰ ਦਾ ਰਾਜ ਹੈ। ਇਕੱਲਾ ਇਸ ਲੋਕ ਵਿੱਚ ਨਹੀਂ, ਪਰਲੋਕ ਵਿੱਚ ਵੀ ਵਾਹਿਗੁਰੂ ਜੀ ਦਾ ਰਾਜ ਹੈ ਜੀ, ਪਰਮੇਸ਼ਰ ਦਾ ਹੁਕਮ ਚੱਲਦਾ ਜੀ। ਇਹ ਸੁਰ ਤੁਖੜ ਦੀ ਸਾਰਿਆਂ ਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਬੜਾ ਥੋੜ੍ਹਾ ਸਾਡੇ ਕੋਲ ਸਮਾਂ ਤੋਂ ਵੀ
ਜੇ ਭਜਨ ਵਿੱਚ ਜੁਟਿਆ ਜਾਏ ਤੇ ਤਾਂ ਭਲਾ ਜੀ। ਮੰਨਣਾ ਪਏਗਾ ਵੀ ਰੱਬ ਵੱਡਾ ਜੀ, ਮੰਨਣਾ ਪਏਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੁਹਾਨੂੰ ਮੰਨਣਾ ਪਏਗਾ, ਜਿਹਦੇ ਅੱਗੇ ਹਰ ਕੋਈ ਝੁੱਕ ਰਿਹਾ ਜੀ। ਵੱਡੇ ਵੱਡੇ ਰਾਜੇ ਮਹਾਰਾਜੇ ਪਰਮੇਸ਼ਰ ਨੂੰ ਮੰਨਦੇ ਜੀ, ਹੋਰ ਕਿਹਨੂੰ ਮੰਨ ਰਹੇ ਜੀ। ਇੱਕ ਸਾਧੂ ਬੈਠਾ ਸੀਗਾ ਜੀ, ਇੱਕ ਰਾਜਾ ਆਇਆ ਹਾਥੀ ਤੋਂ ਉਤਰਿਆ ਤੇ ਸਾਧੂ ਮਹਾਤਮਾ ਨੂੰ ਕਹਿਣ ਲੱਗਾ ਵੀ ਮਹਾਤਮਾ ਜੀ ਮੈਂ ਤੁਹਾਡੇ ਤੇ ਖੁਸ਼ ਹਾਂ ਤੇ ਤੁਸੀਂ ਮੰਗ ਲਓ ਕੁਛ। ਉਹ ਮਹਾਤਮਾ ਜੀ ਕਹਿਣ ਲੱਗੇ ਜਾ ਜਾ ਚੱਲ ਜਾ ਇੱਥੋਂ। ਉਹਨਾਂ ਰਾਜੇ ਨੂੰ ਜਵਾਬ ਦਿੱਤਾ ਜੀ, ਕਹਿਣ ਲੱਗਾ ਜਾ ਜਾ ਚਲੇ ਜਾ ਇੱਥੋਂ। ਉਹ ਕਹਿਣ ਲੱਗਾ ਹੱਦ ਹੋ ਗਈ ਮੈਂ ਰਾਜਾ। ਕਹਿਣ ਲੱਗੇ ਤੂੰ ਰਾਜਾ ਨਹੀਂ, ਤੇਰੇ ਤੇ ਮੇਰੇ ਵਿੱਚ ਫਰਕ ਨਹੀਂ ਹੈਗਾ ਕੋਈ, ਤੂੰ ਵੀ ਭਿਖਾਰੀ ਹੈ ਤੇ ਮੈਂ ਵੀ ਭਿਖਾਰੀ ਹੈ, ਗੱਜ ਕੇ ਆਖੋ। ਉਹ ਕਹਿੰਦਾ ਕਿਵੇਂ? ਕਹਿਣ ਲੱਗੇ ਵੀ ਦੱਸ ਦੇਣਾ ਮੈਂ ਸਗੋਂ ਛੋਟਾ ਭਿਖਾਰੀ ਹਾਂ, ਤੂੰ ਬਹੁਤਾ ਵੱਡਾ ਭਿਖਾਰੀ ਹੈ। ਕਹਿਣ ਲੱਗੇ ਤੂੰ ਜ਼ਿਆਦਾ ਵੱਡਾ ਭਿਖਾਰੀ ਹੈ। ਉਹ ਕਹਿੰਦਾ ਜੀ ਕਿਵੇਂ? ਕਹਿਣ ਲੱਗੇ ਸੱਚ ਦੱਸ ਤੂੰ ਵੀ ਰੱਬ ਕੋਲੋਂ ਮੰਗਦਾ ਨਾ? ਉਹ ਕਹਿੰਦੇ ਹਾਂ। ਕਹਿਣ ਲੱਗੇ ਮੈਂ ਵੀ ਰੱਬ ਕੋਲੋਂ ਹੀ ਮੰਗਦਾ। ਕਹਿਣ ਲੱਗੇ ਸਗੋਂ ਤੂੰ ਬਹੁਤ ਕੁਝ ਮੰਗਦਾ, ਮੈਂ ਥੋੜ੍ਹਾ ਜਿਹਾ ਮੰਗਦਾ, ਤੂੰ ਜ਼ਿਆਦਾ ਮੰਗਦਾ, ਤੇਰੇ ਕੋਲੋਂ ਕੀ ਮੰਗਣਾ, ਤੂੰ ਤੇ ਮੇਰੇ ਤੋਂ ਵੀ ਵੱਡਾ ਭਿਖਾਰੀ ਹੈਗਾ। ਕਹਿਣ ਲੱਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਥਾ ਸੁਣ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਸਾਰਾ ਸੰਸਾਰ ਹੀ ਮੰਗ ਰਿਹਾ ਜੀ, ਦੇਣ ਵਾਲਾ ਇੱਕੋ ਹੀ ਚੇ। ਇਹ ਵੀ ਬੰਦਾ ਅਟਲ ਗੱਲ ਰੱਖੇ, ਕੋਈ ਕਿਸੇ ਨੂੰ ਨਹੀਂ ਦੇ ਰਿਹਾ ਜੀ, ਦੇਣ ਵਾਲਾ ਇੱਕੋ ਹੀ ਹੈ ਜੀ, ਉਹਦਾ ਨਾਂ ਹੈ ਵਾਹਿਗੁਰੂ, ਉਹ ਹੈ ਪਰਮੇਸ਼ਰ। ਗੱਜ ਕੇ ਆਖੋ ਉਹ ਹੈ ਪਰਮੇਸ਼ਰ, ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਅੱਜ ਦੇ ਮਹੀਨੇ ਵਿੱਚ ਕਿਰਪਾ ਕਰਦੇ। ਮਹਾਰਾਜ ਕਹਿੰਦੇ ਸਿੱਖੋ ਪਹਿਲਾਂ ਤਾਂ ਇਹ ਗੱਲ ਅਟਲ ਕਰੋ ਵੀ ਰੱਬ ਹੀ ਸਭ ਤੋਂ ਵੱਡਾ ਹੈਗਾ ਜੀ, ਪਰਮੇਸ਼ਰ ਸਭ ਤੋਂ ਵੱਡਾ। ਮਾਫ਼ ਕਰਿਓ, ਇਹ ਗੱਲ ਸੁਣ ਲੈਣੀ ਸੌਖੀ ਹੈ, ਬੰਦਾ ਫਿਰ ਕਿਤੇ ਨਾ ਕਿਤੇ ਬੰਦਿਆਂ ਨੂੰ ਵੱਡਾ ਮੰਨ ਕੇ ਬੈਠਾ ਜੀ। ਹਾਂਜੀ, ਆ ਸ੍ਰੀ ਗੁਰੂ ਗ੍ਰੰਥ ਸਾਹਿਬ ਹੈਗੇ ਜੀ ਇੱਥੇ, ਹੁਣੇ ਕੋਈ ਲੀਡਰ ਆ ਜੇ ਸਾਡਾ ਸਾਰਾ ਆਉਂਦਾ ਧਿਆਨ ਉਹਦੇ ਵੱਲ ਹੋ ਜਾਏਗਾ ਜੀ। ਇਹ ਨਹੀਂ ਪਤਾ ਵੀ ਉਸ ਲੀਡਰ ਨੇ ਵੀ ਗੁਰੂ ਜੀ ਅੱਗੇ ਹੀ ਮੱਥਾ ਟੇਕਣਾ ਜੀ। ਹਾਂਜੀ, ਉਸ ਲੀਡਰ ਨੇ ਵੀ ਤੇ ਮਹਾਰਾਜ ਅੱਗੇ ਮੱਥਾ ਟੇਕਣਾ ਨਾ ਜੀ, ਪਰ ਸਾਡਾ ਜ਼ਬਰਦਸਤੀ ਧਿਆਨ ਉਸ ਪਾਸੇ ਚਲੇ ਜਾਂਦਾ ਜੀ। ਮਹਾਰਾਜ ਕਹਿੰਦੇ ਮੰਨ ਲਓ ਵੀ ਸਭ ਤੋਂ ਵੱਡਾ ਵਾਹਿਗੁਰੂ ਹੈ ਜੀ, ਗੱਜ ਕੇ ਆਖੋ। ਜਿਸ ਅੱਗੇ ਸਭ ਨਿਵੰਨ, ਵਾਹਿਗੁਰੂ ਦੇ ਅੱਗੇ ਹਰ ਕੋਈ ਝੁੱਕ ਰਿਹਾ ਜੀ, ਹਰ ਕੋਈ ਝੁੱਕ ਰਿਹਾ। ਜਿਹੜੇ ਨਹੀਂ ਨਾ ਕਹਿੰਦੇ, ਜਿਹੜੇ ਇਹ ਕਹਿੰਦੇ ਵੀ ਅਸੀਂ ਰੱਬ ਨੂੰ ਨਹੀਂ ਮੰਨਦੇ, ਉਹ ਵੀ ਰੱਬ ਅੱਗੇ ਝੁੱਕ ਰਹੇ ਜੀ। ਕਿਉਂ? ਇਹ ਹਵਾ, ਪਾਣੀ, ਅੱਗ ਸਭ ਪਰਮੇਸ਼ਰ ਦਾ ਬਣਾਇਆ ਹੋਇਆ ਜੀ, ਵਸਤੂਆਂ ਤੇ ਉਹਦੀਆਂ ਦਿੱਤੀਆਂ ਹੀ ਵਰਤ ਰਹੇ ਨੇ, ਸਗੋਂ ਉਹ ਕਿਰਤ ਘਣ ਨੇ ਰੱਬ ਦਾ ਦਿੱਤਾ ਹੋਇਆ ਲੈ ਕੇ ਪਰਮੇਸ਼ਰ ਤੋਂ ਮੁਨਕਰ ਹੋਈ ਜਾਂਦੇ, ਪਰ ਹੈ ਵਰਤਦੇ ਸਭ ਕੁਝ ਰੱਬ ਦਾ ਹੀ ਨੇ ਜੀ। ਪਰਮੇਸ਼ਰ ਅੱਗੇ ਹਰ ਕੋਈ ਝੁੱਕ ਰਿਹਾ ਜੀ। ਇਸ ਲੋਕ ਵਿੱਚ, ਉਸ ਲੋਕ ਵਿੱਚ ਪਰਮੇਸ਼ਰ ਦਾ ਹੁਕਮ ਚੱਲਦਾ ਜੀ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਸਿੱਖੋ ਇਹੋ ਜਿਹੇ ਵਾਹਿਗੁਰੂ ਜੀ ਦੇ ਨਾਲ ਜੁੜਨਾ ਚਾਹੀਦਾ, ਗੱਜ ਕੇ ਆਖੋ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛੋ ਵੀ ਮਹਾਰਾਜ ਰੱਬ ਨਾਲ ਕਿਵੇਂ ਜੁੜੀਏ? ਆਪ ਜੀ ਕਹਿੰਦੇ ਉਹ ਜੁੜਨਾ ਚਾਹੀਦਾ। ਗੁਰੂ ਸਾਹਿਬ ਨੇ ਜੁੜਨ ਦਾ ਤਰੀਕਾ ਦੱਸਿਆ ਜੀ, ਉਹ ਤਰੀਕਾ ਸੁਣੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਵਿੱਚ ਜਾਓ ਤੇ ਨੇਤਰ ਬੰਦ ਕਰਕੇ ਰਸਨਾ ਕਰਕੇ ਵਾਹਿਗੁਰੂ ਜੀ ਦਾ ਨਾਮ ਜਪੋ। ਕਹਿਣ ਲੱਗੇ ਤੁਹਾਡੀ ਜਿਹੜੀ ਸੁਰਤ ਹੈ ਉਹ ਵਾਹਿਗੁਰੂ ਜੀ ਦੇ ਨਾਲ ਜੁੜਨੀ ਸ਼ੁਰੂ ਹੋ ਜਾਏਗੀ ਜੀ। ਅੱਛਾ, ਬੰਦੇ ਦਾ ਮਨ ਹੈਗਾ ਕਿ ਨਹੀਂ ਵੀ ਵੱਡਾ ਮੰਤਰੀ ਸਾਨੂੰ ਜਾਣਦਾ ਹੋਏ ਜੀ? ਹਾਂਜੀ, ਬੰਦੇ ਦੀ ਟੌਰ ਬਣਦੀ ਹੈ ਜੀ। ਜਦੋਂ ਕੋਈ ਵੱਡਾ ਮੰਤਰੀ ਕਿਸੇ ਨੂੰ ਜਾਣਦਾ ਹੋਏ ਨਾ ਜੀ, ਤੇ ਬੰਦਾ ਉੱਚਾ ਹੋ ਕੇ ਤੁਰਦਾ ਜੀ। ਕਿਉਂ? ਉਹਦੀ ਟੌਰ ਬਣਦੀ ਹੈ ਜੀ। ਹਾਂਜੀ, ਤੇ ਜਿਹਨੂੰ ਰੱਬ ਜਾਣਦਾ ਜੀ, ਹੱਸ ਕੇ ਆਖੋ ਵਾਹਿਗੁਰੂ, ਉਹਦੀ ਟੌਰ ਕਿੰਨੀ ਕੁ ਹੋਏਗੀ ਜੀ? ਤੁਸੀਂ ਆਪੇ ਹਿਸਾਬ ਲਾ ਲਓ ਜੀ। ਬੰਦੇ ਦਾ ਪੂਰਾ ਪੂਰਾ ਯਤਨ ਹੁੰਦਾ ਜੀ ਵੀ ਮੈਂ ਕਿਸੇ ਵੱਡੇ ਬੰਦੇ ਨਾਲ ਜੁੜਾਂ, ਮੇਰੇ ਸੰਪਰਕ ਵਿੱਚ ਵੱਡੇ ਵੱਡੇ ਲੋਕ ਹੋਣ ਜੀ, ਅਤੇ ਇਹਦਾ ਯਤਨ ਵੀ ਕਰਦਾ ਜੀ ਬੰਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ
ਕਹਿਣ ਲੱਗੇ ਆਮ ਜੇ ਬੰਦੇ ਨਾਲ ਜੁੜੋਗੇ ਉਹਨੇ ਤੇ ਮਰ ਜਾਣਾ ਇੱਕ ਦਿਨ ਜੀ। ਹਾਂਜੀ ਵੱਡੇ ਵੱਡੇ ਰਾਜੇ ਨਹੀਂ ਰਹੇ ਜੀ। ਇੱਥੋਂ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਜੀ, ਉਹ ਦੂਜੇ ਦੇਸ਼ ਵਿੱਚ ਜਾ ਕੇ ਆਪਣੀ ਮਰਜ਼ੀ ਚਲਾਵੇ ਤੇ ਚੱਲੇਗੀ ਜੀ ਉਹਦੀ ਜੀ? ਗੱਜ ਕੇ ਆਖੋ ਚੱਲੇਗੀ ਜੀ ਉਹਦੀ ਮਰਜ਼ੀ? ਉਹਦੀ ਨਹੀਂ ਚੱਲੇਗੀ ਜੀ, ਆਪਣੇ ਦੇਸ਼ ਵਿੱਚ ਮਰਜ਼ੀ ਚੱਲਣੀ ਜੀ। ਹਾਂਜੀ ਪਰ ਪਰਮੇਸ਼ਰ ਦੀ ਮਰਜ਼ੀ ਇੱਥੇ ਚੱਲ ਰਹੀ ਅਤੇ ਪਰਮੇਸ਼ਰ ਦੀ ਮਰਜ਼ੀ ਸਾਰੇ ਮੁਲਕਾਂ 'ਚ ਚੱਲ ਰਹੀ ਜੀ। ਡਾਕਟਰ ਅਵਤਾਰ ਸਿੰਘ ਜੀ ਬਾਹਰੋਂ ਆਏ ਜੀ, ਉੱਥੇ ਵੀ ਰੱਬ ਦਾ ਹੀ ਹੁਕਮ ਚੱਲਦਾ ਨਾ ਜੀ। ਜਿੱਥੋਂ ਆਏ ਕਨੇਡਾ ਤੋਂ ਆਏ ਨਾ ਜੀ, ਕਨੇਡਾ ਤੋਂ ਆਏ। ਹਾਂ ਕਨੇਡਾ ਵਿੱਚ ਵੀ ਰੱਬ ਦਾ ਹੀ ਹੁਕਮ ਚੱਲਦਾ ਜੀ, ਅਤੇ ਇੰਡੀਆ ਵਿੱਚ ਵੀ ਰੱਬ ਦਾ ਹੁਕਮ ਚੱਲ ਰਿਹਾ ਜੀ। ਗੱਜ ਕੇ ਆਖੋ ਹਾਂ ਰੱਬ ਦੀ ਮਰਜ਼ੀ ਸਾਰੀਆਂ ਥਾਂ 'ਤੇ ਚੱਲਣੀ। ਕਨੇਡਾ ਦੇ ਮੰਤਰੀ ਦੀ ਇੱਥੇ ਮਰਜ਼ੀ ਨਹੀਂ ਚੱਲ ਸਕਦੀ ਜੀ, ਇੰਡੀਆ ਦੇ ਉੱਥੇ ਨਹੀਂ ਚੱਲ ਸਕਦੀ ਜੀ, ਪਰ ਪਰਮੇਸ਼ਰ ਦਾ ਹੁਕਮ ਸਾਰੀਆਂ ਥਾਵਾਂ 'ਤੇ ਵਰਤ ਰਿਹਾ। ਜਦੋਂ ਤੁਸੀਂ ਪਰਮੇਸ਼ਰ ਦੇ ਹੁਕਮ ਵਿੱਚ ਆ ਜਾਓਗੇ ਨਾ ਜੀ, ਉਹਦਾ ਨਾਮ ਜਪਣ ਲੱਗ ਪਓਗੇ। ਇੱਕ ਗੱਲ ਪੱਕੀ ਰੱਖੋ, ਫਿਰ ਭਾਵੇਂ ਇੰਡੀਆ ਵਿੱਚ ਚੱਲ ਜੇ ਬੰਦਾ ਅਤੇ ਫਿਰ ਭਾਵੇਂ ਕਨੇਡਾ ਵਿੱਚ ਚੱਲ ਜੇ, ਉਹਦੀ ਚੜ੍ਹਦੀ ਕਲਾ ਹੀ ਰਹਿਣੀ ਹੈ ਜੀ। ਕਿਉਂ? ਉਹਦਾ ਸੰਬੰਧ ਵੱਡੇ ਨਾਲ ਹੋ ਗਿਆ ਜੀ, ਵੱਡੇ ਨਾਲ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੁੜ ਜਾਓ ਉਸ ਵਾਹਿਗੁਰੂ ਜੀ ਦੇ ਨਾਲ, ਜੁੜ ਜਾਓ ਕਹਿਣ ਲੱਗੇ। ਔਰ ਇਹਨਾਂ ਜੁੜਨਾ ਕਿਵੇਂ ਆ ਜੀ? ਉਹਦਾ ਨਾਮ ਜਪ ਕੇ ਜੁੜਿਆ ਜਾ ਸਕਦਾ। ਗੱਜ ਕੇ ਆਖੋ ਵਾਹਿਗੁਰੂ। ਜਿਨ੍ਹਾਂ ਵੱਡੇ ਵੱਡੇ ਮਹਾਂਪੁਰਖਾਂ ਨੂੰ ਆਪਾਂ ਹੱਥ ਜੋੜਦੇ ਹਾਂ, ਉਹਨਾਂ ਕੀਤਾ ਕੀ? ਉਹਨਾਂ ਸੰਸਾਰ ਵਿੱਚ ਧਿਆਨ ਨਹੀਂ ਜੋੜਿਆ, ਉਹਨਾਂ ਰੱਬ ਵਿੱਚ ਧਿਆਨ ਜੋੜ ਲਿਆ ਜੀ, ਧਿਆਨ ਰੱਬ ਵਿੱਚ ਜੋੜ ਲਿਆ ਜੀ। ਹਾਂਜੀ ਡਾਕਟਰ ਜੀ ਹੋਣਾ ਦੇ ਪਰਿਵਾਰ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲਿਆਂ ਦੀ ਸੰਗਤ ਕੀਤੀ ਜੀ, ਬ੍ਰਹਮ ਗਿਆਨੀਆਂ ਦੀ ਸੰਗਤ ਕੀਤੀ। ਉਹਨਾਂ ਕੀ ਕੀਤਾ ਜੀ ਮਹਾਂਪੁਰਖਾਂ? ਉਹਨਾਂ ਧਿਆਨ ਆਪਣਾ ਰੱਬ ਨਾਲ ਜੋੜ ਲਿਆ ਜੀ। ਸਾਡਾ ਧਿਆਨ ਸਾਡਾ ਵੀ ਜੁੜਦਾ ਜੀ, ਇਹੋ ਜਿਹੀ ਗੱਲ ਨਹੀਂ ਹੈਗੀ, ਪਰ ਸਾਡਾ ਧਿਆਨ ਕਥਾ ਵਿੱਚ ਹੀ ਜੁੜਦਾ ਮਸਾਈ ਜੀ। ਗੱਜ ਕੇ ਆਖੋ। ਹਾਲ ਵਿੱਚੋਂ ਬਾਹਰ ਨਿਕਲਦੇ ਧਿਆਨ ਫਿਰ ਟੁੱਟ ਜਾਂਦਾ ਜੀ ਬੰਦੇ ਦਾ ਜੀ। ਧਿਆਨ ਜੋੜਨਾ ਵਾਹਿਗੁਰੂ ਜੀ ਦੇ ਨਾਲ, ਰੱਬ ਨਾਲ ਜੁੜਨਾ ਕੀ ਹੈ ਜੀ? ਪਰਮੇਸ਼ਰ ਦੇ ਵਿੱਚ ਆਪਣਾ ਧਿਆਨ ਜੋੜਨਾ ਜੀ। ਜਿਹਦਾ ਧਿਆਨ ਪਰਮੇਸ਼ਰ ਵਿੱਚ ਜੁੜ ਗਿਆ ਉਹ ਰੱਬ ਨਾਲ ਜੁੜ ਗਿਆ ਜੀ, ਹੋਰ ਉਹਨੂੰ ਕੀ ਚਾਹੀਦਾ ਜੀ? ਉਹ ਰੱਬ ਨਾਲ ਜੁੜ ਗਿਆ ਜੀ, ਉਹ ਫਿਰ ਰੱਬ ਦੇ ਹੁਕਮ ਵਿੱਚ ਹੋ ਗਿਆ ਜੀ, ਰੱਬ ਦੇ ਹੁਕਮ ਵਿੱਚ ਹੋ ਗਿਆ। ਗੱਲਾਂ ਕਰਨੀਆਂ ਸੌਖੀਆਂ ਨੇ, ਪਰ ਰੱਬ ਦੇ ਹੁਕਮ ਵਿੱਚ ਹੋਣਾ ਬੜੀ ਵੱਡੀ ਗੱਲ ਹੈ ਜੀ। ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ, ਬੜੀ ਉਹਨਾਂ ਮਹਾਂਪੁਰਖਾਂ ਦੀ ਕਮਾਈ ਜੀ, ਬੜਾ ਉਹਨਾਂ ਵਾਹਿਗੁਰੂ ਜੀ ਦਾ ਨਾਮ ਜਪਿਆ ਜੀ। ਅਤੇ ਉਹਨਾਂ ਦੇ ਕੋਲ ਨਾ ਜੀ ਇੱਕ ਨਕਲੀ ਸਾਧੂ ਆ ਗਿਆ। ਗੱਜ ਕੇ ਆਖੋ ਵਾਹਿਗੁਰੂ। ਵਾਰ ਵਾਰ ਘੁੰਮ ਘੁੰਮ ਕੇ ਇੱਕੋ ਗੱਲ ਹੀ ਆਖੇ, ਸਭ ਬ੍ਰਹਮ ਹੈ, ਸਭ ਬ੍ਰਹਮ ਹੈ, ਸਭ ਬ੍ਰਹਮ ਹੈ। ਹੁਣ ਉੱਤੋਂ ਉੱਤੋਂ ਆਖਦਾ ਸੀਗਾ, ਲੋਕਾਂ ਨੂੰ ਲੱਗੇ ਵੀ ਮੈਂ ਰੱਬ ਨਾਲ ਜੁੜਿਆ ਹੋਇਆ ਜੀ, ਪਰ ਉਹ ਰੱਬ ਨਾਲ ਜੁੜਿਆ ਨਹੀਂ ਸੀ ਹੋਇਆ ਜੀ। ਫਿਰ ਆਖੀ ਜਾਵੇ ਸਭ ਬ੍ਰਹਮ ਹੈ, ਸਭ ਬ੍ਰਹਮ ਹੈ, ਅਤੇ ਮਹਾਂਪੁਰਖਾਂ ਫਿਰ ਕਹਿਣ ਲੱਗੇ ਨਹੀਂ, ਅਜੇ ਮਹਾਂਪੁਰਖੋ ਤੁਹਾਡੀ ਅਵਸਥਾ ਇੰਨੀ ਨਹੀਂ ਬਣੀ, ਇਹ ਨਾ ਆਖੋ ਵੀ ਸਭ ਬ੍ਰਹਮ ਹੈ। ਉਹ ਕਹਿੰਦਾ ਜੀ ਨਹੀਂ ਸਭ ਬ੍ਰਹਮ ਹੈ। ਹਾਂਜੀ ਉਹਨਾਂ ਖੀਰ ਲਈ ਅਤੇ ਉੱਤੇ ਗੋਹਾ ਧੂੜ ਕੇ ਕਹਿਣ ਲੱਗੇ ਛਕੋ ਸਭ ਬ੍ਰਹਮ ਹੈ। ਕਹਿਣ ਲੱਗਾ ਨਹੀਂ ਇਹ ਬ੍ਰਹਮ ਨਹੀਂ ਹੈ। ਕਹਿਣ ਲੱਗੇ ਨਹੀਂ, ਜਿਨ੍ਹਾਂ ਦੀ ਬ੍ਰਹਮ ਦੀ ਅਵਸਥਾ ਬਣ ਜਾਂਦੀ ਫਿਰ ਛਕਣਾ ਪੈਂਦਾ ਜੀ, ਭਾਵ ਉੱਤੋਂ ਉੱਤੋਂ ਜੁੜੇ ਹੈਗੇ। ਕਹਿਣ ਲੱਗੇ ਮਹਾਤਮਾ ਜੀ ਕਹਿਣਾ ਸੌਖਾ, ਰੱਬ ਨੂੰ ਮੰਨਣਾ ਬੜਾ ਔਖਾ ਹੈਗਾ, ਔਰ ਇਹਨਾਂ ਜੁੜਨਾ ਬੜਾ ਔਖਾ ਹੈਗਾ ਜੀ। ਹੱਥ ਵਿੱਚ ਸੋਟੀ ਸੀਗੀ ਜੀ, ਹਾਂਜੀ ਸੋਟੀ ਫੜ ਕੇ ਨਾ ਜੀ ਜ਼ਮੀਨ ਵਿੱਚ ਬਾਬਾ ਆਨੰਦ ਸਿੰਘ ਜੀ ਗੱਡ ਕੇ ਕਹਿਣ ਲੱਗੇ, ਕਹਿਣ ਲੱਗੇ ਜੇ ਰੱਬ ਨਾਲ ਜੁੜਨਾ ਤਾਂ ਇਹਦੇ ਵਾਂਗੂ ਰਹਿਣਾ ਪੈਣਾ ਜੀ, ਜਿੱਥੇ ਰੱਬ ਨੇ ਲਾਤਾ ਉੱਥੇ ਲੱਗ ਜਾਣਾ ਜੀ। ਗੱਜ ਕੇ ਆਖੋ। ਜਿੱਥੇ ਪਰਮੇਸ਼ਰ ਨੇ ਲਾਤਾ ਉੱਥੇ ਲੱਗ ਜਾਣਾ ਜੀ, ਜਿੱਥੇ ਖਿਲਾਰਤਾ ਉੱਥੇ ਖਲੋ ਕੇ ਉਹਦਾ ਨਾਮ ਜਪਣ ਲੱਗ ਪੈਣਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ ਹਰ ਜੇਠ ਜੁੜਨ ਦਾ ਲੋੜ ਹੀ ਹੈ। ਮਹਾਰਾਜ ਕਹਿੰਦੇ ਭਾਈ ਉਸ ਵਾਹਿਗੁਰੂ ਜੀ ਦੇ ਨਾਲ ਜੁੜਨਾ ਚਾਹੀਦਾ। ਕਹਿਣ ਲੱਗੇ ਜਿਹਦੇ ਅੱਗੇ ਹਰ ਕੋਈ ਚੁੱਕ ਰਿਹਾ, ਅਤੇ ਜੁੜਨਾ ਕਿਵੇਂ ਹੈ ਜੀ? ਜੁੜਨਾ ਹੈ ਜੀਵ ਦੇ ਨਾਲ ਉਸ ਵਾਹਿਗੁਰੂ ਜੀ ਦਾ ਨਾਮ ਜਪਣਾ ਜੀ। ਬੜੇ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ 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 ਪੂਰਾ ਧਿਆਨ ਲਾ ਕੇ ਵਾਹਿਗੁਰੂ 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 ਮਹਾਰਾਜ ਕਹਿੰਦੇ ਜੁੜ ਜਾਓ ਵਾਹਿਗੁਰੂ ਨਾਲ ਜੀ ਜੁੜ ਜਾਓ ਜੀ ਧਿਆਨ ਉਸ ਵਾਹਿਗੁਰੂ ਜੀ ਦੇ ਨਾਲ ਜੋੜ ਲਓ ਅਤੇ ਹੋਏਗਾ ਕਿ ਮਹਾਰਾਜ ਕਹਿੰਦੇ ਜਦੋਂ ਤੁਸੀਂ ਵਾਹਿਗੁਰੂ ਨਾਲ ਜੁੜੋਗੇ ਨਾ ਤਾਂ ਫਿਰ ਕੋਈ ਵੀ ਤੁਹਾਨੂੰ ਬੰਧਨ ਨਹੀਂ ਪਾ ਸਕੇਗਾ ਜੀ ਹਰ ਸੱਜਣ ਦਾਮਣ ਲੱਗਿਆ ਕਿਸੇ ਨਾ ਦੇਈ ਕਿਸੇ ਨਾ ਦੇਈ ਸਵੇਰ ਦੇ ਚਾਰ ਪੰਜ ਵਾਰੀ ਉਹ ਤੋਂ ਵੱਧ ਤੁਸੀਂ ਪਾਠ ਸੁਣ ਲਿਆ ਮਹੀਨੇ ਦਾ ਤਾਂ ਪੰਕਤੀ ਫਿਰ ਯਾਦ ਨਹੀਂ ਹੋਈ ਜੀ ਕਿਸੇ ਨਾ ਦੇਈ ਬੰਨ ਮਹਾਰਾਜ ਕਹਿੰਦੇ ਕੋਈ ਵੀ ਬੰਧਨ ਨਹੀਂ ਪਾ ਸਕੇਗਾ ਜੀ ਤੁਹਾਨੂੰ ਜੀ ਨਾਮ ਜਪਣ ਵਾਲਿਆਂ ਨੂੰ ਬੰਧਨ ਛੇਤੀ ਕਿਤੇ ਪੈਂਦਾ ਵੀ ਕੋਈ ਨਹੀਂ ਜੀ ਨਹੀਂ ਪੈਂਦਾ ਬੰਧਨ ਜੀ ਪਰਮੇਸ਼ੁਰ ਰੱਖ ਹੀ ਰੱਖ ਲੈਂਦਾ ਜੀ ਉਹਨਾਂ ਦੀ ਪਰਮੇਸ਼ੁਰ ਜੀ ਮਿਹਰ ਕਰ ਦਿੰਦੇ ਜੀ ਉਹਨਾਂ 'ਤੇ ਹਾਂਜੀ ਬਸ ਇੱਕ ਫਿਕਰ ਰੱਖਿਆ ਕਰੋ ਉਸ ਵਾਹਿਗੁਰੂ ਜੀ ਨਾਲ ਜੁੜਨਾ ਜੀ ਤੁਸੀਂ ਇੰਨੀ ਵੀ ਫਿਕਰ ਰੱਖੋਗੇ ਨਾ ਜੀ ਫਿਕਰ ਕਰਦਿਆਂ ਕਰਦਿਆਂ ਤੁਹਾਡਾ ਬੜਾ ਭਲਾ ਹੋਣਾ ਸ਼ੁਰੂ ਹੋ ਜਾਣਾ ਬਾਕੀ ਫਿਕਰਾਂ ਆਪੇ ਮੁੱਕਣੀਆਂ ਸ਼ੁਰੂ ਹੋ ਜਾਣਗੀਆਂ ਜੀ ਇੱਕ ਮਹਾਂਪੁਰਖ ਕਹਿੰਦੇ ਸੀ ਸਿੱਖਾ ਤੂੰ ਨਿਤਨੇਮ ਕਰਨ ਦੀ ਚਿੰਤਾ ਰੱਖਿਆ ਕਰ ਸਵੇਰ ਦਾ ਨਿਤਨੇਮ ਕੀਤਾ ਅਤੇ ਦੁਪਹਿਰ ਦੀ ਚਿੰਤਾ ਹੋਵੇ ਦੁਪਹਿਰ ਦਾ ਕੀਤਾ ਅਤੇ ਸ਼ਾਮ ਦੀ ਚਿੰਤਾ ਲੱਗੇ ਸ਼ਾਮ ਦਾ ਕੀਤਾ ਅਤੇ ਰਾਤ ਦੀ ਚਿੰਤਾ ਲੱਗ ਜੇ ਰਾਤੀ ਕੀਤਾ ਅਤੇ ਦਿਨ ਦੇ ਨਿਤਨੇਮ ਦੀ ਚਿੰਤਾ ਲੱਗ ਜੇ ਹਾਂਜੀ ਤੁਸੀਂ ਨਿਤਨੇਮ ਦੀ ਚਿੰਤਾ ਕਰੋ ਬਾਕੀ ਚਿੰਤਾਵਾਂ ਸਾਰੀਆਂ ਰੱਬ ਆਪੇ ਦੂਰ ਕਰ ਦੇਗਾ ਜੀ ਪਰ ਉਹ ਆਪਾਂ ਨਿਤਨੇਮ ਦੀ ਤਾਂ ਚਿੰਤਾ ਹੀ ਨਹੀਂ ਕਰਦੇ ਜੀ ਅਸੀਂ ਬਾਕੀ ਚਿੰਤਾ ਕਰੀ ਜਾਂਦੇ ਜੀ ਇੱਕ ਚਿੰਤਾ ਕਰ ਲਓ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਕਿ ਗੁਰਬਾਣੀ ਪੜ੍ਹਨੀ ਹੈ ਜਦੋਂ ਗੁਰਬਾਣੀ ਹਿਰਦੇ 'ਚ ਵੱਸ ਗਈ ਨਾ ਜੀ ਅਤੇ ਗੁਰਬਾਣੀ ਦਾ ਤਾਂ ਕਾਰਜ ਹੀ ਹੈ ਤੁਰ ਕੇ ਬਾਣੀ ਆਈ ਤਿੰਨ ਸਗਲੀ ਗੁਰਬਾਣੀ ਨੇ ਚਿੰਤਾ ਆਪੇ ਦੂਰ ਕਰ ਦੇਣੀ ਜੀ ਸੋ ਆਪ ਜੀ ਬੜੇ ਪਿਆਰ ਦੇ ਨਾਲ ਭਾਈ ਸਾਹਿਬ ਦੇ ਕੋਲੋਂ ਇਹ ਸ਼ਬਦ ਕੀਰਤਨ ਸੁਣ ਰਹੇ ਸੀ ਸਵੇਰੇ ਵੀ ਇਹਦੀ ਕਥਾ ਵਿਚਾਰ ਹੋਈ ਸੀਗੀ ਜੀ ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਾਨ ਮਹਾਰਾਜ ਕਹਿੰਦੇ ਜੁੜ ਜਾਓ ਵਾਹਿਗੁਰੂ ਨਾਲ ਕਹਿਣ ਲੱਗੇ ਉਸ ਵਾਹਿਗੁਰੂ ਜੀ ਦੇ ਨਾਲ ਜੁੜਨਾ ਚਾਹੀਦਾ ਜੀ ਆਓ ਇੱਕ ਇੱਕ ਵਾਰੀ ਫਿਰ ਜੁੜੀਏ ਜੀ ਉਹ ਸਾਡਾ ਤਾਂ ਜੁੜਨਾ ਵੀ ਛੋਟਾ ਜਿਹਾ ਹੀ ਹੈਗਾ ਜੀ ਬਹੁਤੇ ਸਮੇਂ ਲਈ ਜੁੜਦੇ ਨਹੀਂ ਮਾਫ਼ ਕਰਿਓ ਸਿਮਰਨ ਕਰਦਿਆਂ ਜਾਪ ਕਰਦਿਆਂ ਵੀ ਚੰਗੀ ਤਰ੍ਹਾਂ ਨਹੀਂ ਜੁੜਿਆ ਜਾਂਦਾ ਜੀ ਅਜੇ ਕਿ ਸਿਮਰਨ ਜਾਪ ਇਸ ਕਰਕੇ ਕਰਨਾ ਵੀ ਉਹਦੇ ਨਾਲ ਜੁੜ ਜਾਈਏ ਪਰ ਜਾਪ ਕਰਦਿਆਂ ਵੀ ਚੰਗੀ ਤਰ੍ਹਾਂ ਜੁੜਿਆ ਨਹੀਂ ਜਾਂਦਾ ਕਿਉਂ ਧਿਆਨ ਬੜਾ ਸੂਖਮ ਹੈਗਾ ਬੜੀ ਪਾਸੇ ਜਾਂਦਾ ਜੀ ਜੀ ਬੰਦੇ ਦਾ ਧਿਆਨ ਬੜੇ ਪਾਸੇ ਜਾਂਦਾ ਕਈ ਥਾਵਾਂ 'ਤੇ ਜਾਪ ਕਰਦਾ ਕਰਦਾ ਘੁੰਮ ਆਉਂਦਾ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ 'ਚ ਕਹਿੰਦੇ ਮਹਾਰਾਜ ਕਹਿੰਦੇ ਬੜਾ ਖਤਰਨਾਕ ਜੇ ਹਾਂਜੀ ਮਹਾਰਾਜ ਕਹਿੰਦੇ ਨੇ ਇੱਕ ਨਿਮਖ ਵਿੱਚ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ ਇੱਕ ਨਿਮਖ ਵਿੱਚ ਚਾਰ ਕੁੰਟਾਂ ਦੀ ਸੈਰ ਕਰ ਆਉਂਦਾ ਜੀ ਮਿੰਟ ਵਿੱਚ ਕਨੇਡਾ ਮਿੰਟ ਵਿੱਚ ਇੰਗਲੈਂਡ ਮਿੰਟ ਵਿੱਚ ਅਮਰੀਕਾ ਇਹ ਵੀ ਤਾਂ ਚਾਰ ਕੁੰਟ ਹੀ ਨੇ ਹਾਂਜੀ ਜਿਹੜਾ ਜਿਹੜਾ ਹੋ ਕੇ ਆਇਆ ਜਦੋਂ ਧਿਆਨ ਤੋਂ ਧਰਦਾ ਜੀ ਮਿੰਟ 'ਚ ਬੰਦਾ ਕਨੇਡਾ ਪਹੁੰਚ ਜਾਂਦਾ ਜੀ ਹਾਂਜੀ ਇੰਨਾ ਧਿਆਨ ਖਤਰਨਾਕ ਹੈਗਾ ਜੀ ਇਹ ਜੀ ਪਰ ਇਹ ਬੜਾ ਵਧੀਆ ਵੀ ਜੇ ਕਿਤੇ ਸਿਮਰਨ ਵਾਲੇ ਪਾਸੇ ਜੁੜ ਜੇ ਜੇ ਨਾਮ ਵਾਲੇ ਪਾਸੇ ਜੁੜ ਜੇ ਜੋੜੋ ਦੋ ਕੁ ਮਿੰਟ ਫਿਰ ਇਤਿਹਾਸ ਦੀ ਕਥਾ ਸੁਣੀਏ ਨੇਤਰ ਕਰੋ ਬੰਦ ਅਤੇ ਕੋਸ਼ਿਸ਼ ਕਰਿਓ ਧਿਆਨ ਜੁੜੇ ਵਾਹਿਗੁਰੂ ਸ਼ਬਦ ਵਿੱਚ ਸਾਰੇ ਪ੍ਰੇਮ ਨਾਲ ਕਹੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਹਿੰਦੇ ਇਹਨੂੰ ਵੱਧ ਤੋਂ ਵੱਧ ਜੋੜੋ ਜੀ। ਇਸ ਮਨ ਨੂੰ ਧਿਆਨ ਨੂੰ ਵਾਰ ਵਾਰ ਘੁਮਾ ਕੇ ਲੈ ਕੇ ਆਉਣਾ ਪੈਂਦਾ ਜੀ, ਇਹ ਆਪ ਨਹੀਂ ਆਉਂਦਾ ਜੀ। ਬੜਾ ਇਹਨੂੰ ਸੰਗਲ ਪਾ ਪਾ ਕੇ ਰੱਸੇ ਪਾ ਪਾ ਕੇ ਬੰਦਾ ਲੈ ਕੇ ਆਉਂਦਾ ਜੀ। ਵੈਸੇ ਜਦੋਂ ਕੋਈ ਜਾਪ ਕਰਦਾ ਨਾ ਜੀ, ਕੋਈ ਸਿਮਰਨ ਕਰਦਾ, ਉਹਨੂੰ ਇਹ ਮਹਿਸੂਸ ਹੋਣ ਲੱਗ ਪਏ ਵੀ ਮੇਰਾ ਧਿਆਨ ਨਹੀਂ ਲੱਗਦਾ, ਇਹ ਵੀ ਰੱਬ ਦੀ ਕਿਰਪਾ ਹੀ ਚਾਹੀਦੀ। ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਵੀ ਧਿਆਨ ਲੱਗਾ ਕਿ ਨਹੀਂ ਲੱਗਾ ਜੀ। ਹਾਂਜੀ, ਉਹ ਬਸ ਬਾਣੀ ਪੜ੍ਹਨੀ ਫਾਰਮੈਲਿਟੀ ਹੈਗੀ ਹੈ ਜੀ। ਪਿਓ ਪੁੱਤ ਦੋਵੇਂ ਦੁਕਾਨ ਤੋਂ ਨਾ ਜੀ ਘਰ ਨੂੰ ਤੁਰੇ, ਅਤੇ ਸ਼ਾਮੀ ਦੁਕਾਨ ਵਧਾ ਕੇ ਅਤੇ ਘਰ ਆਉਂਦਿਆਂ ਤੱਕ ਰਹਿਰਾ ਸਾਹਿਬ ਦਾ ਪਾਠ ਕਰਦੇ ਹੁੰਦੇ ਸੀਗੇ। ਉਹ ਇੱਕ ਦਿਨ ਪਾਠ ਛੇਤੀ ਸਮਾਪਤ ਹੋ ਗਿਆ, ਸੰਪੂਰਨ ਹੋ ਗਿਆ, ਅਤੇ ਪਿਓ ਪੁੱਤ ਨੂੰ ਕਹਿਣ ਲੱਗਾ, ਪੁੱਤ ਅੱਜ ਰਹਿਰਾ ਸਾਹਿਬ ਦਾ ਪਾਠ ਛੇਤੀ ਸਮਾਪਤ ਹੋ ਗਿਆ। ਤਾਂ ਪੁੱਤ ਕਹਿਣ ਲੱਗਾ, ਪਿਤਾ ਜੀ ਅੱਜ ਰਹਿਰਸ ਦਾ ਪਾਠ ਨਹੀਂ ਕੀਤਾ, ਅੱਜ ਸੋਹਿਲਾ ਸਾਹਿਬ ਦਾ ਪਾਠ ਕਰਤਾ। ਕਹਿਣ ਲੱਗੇ, ਉਹ ਕਹਿਣ ਲੱਗਾ, ਅੱਛਾ ਮੈਨੂੰ ਪਤਾ ਹੀ ਨਹੀਂ ਲੱਗਾ। ਕਹਿਣ ਲੱਗਾ ਤਾਂ ਹੀ ਉੱਥੇ ਛੇਤੀ ਭੋਗ ਪੈ ਗਿਆ। ਹਾਂਜੀ, ਇੰਨਾ ਵੀ ਧਿਆਨ ਨਹੀਂ ਹੈਗਾ ਜੀ ਬੰਦੇ ਦਾ ਜੀ। ਹਾਂਜੀ, ਜੇ ਕਿਸੇ ਨੂੰ ਪਾਠ ਕਰਦਿਆਂ ਇਹ ਵੀ ਪਤਾ ਲੱਗ ਜੇ ਨਾ ਵੀ ਮੇਰਾ ਧਿਆਨ ਨਹੀਂ ਜੁੜ ਰਿਹਾ, ਤਾਂ ਉਹ ਵੀ ਸਮਝੇ ਵੀ ਰੱਬ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਹੈ ਜੀ। ਜਿਹੜਾ ਸੋਚ ਰਿਹਾ ਮੇਰਾ ਧਿਆਨ ਨਹੀਂ ਲੱਗ ਰਿਹਾ, ਇੱਕ ਦਿਨ ਐਸਾ ਆਏਗਾ ਗੁਰਬਾਣੀ ਪੜ੍ਹਦਿਆਂ ਕੀਰਤਨ ਸੁਣਦਿਆਂ ਧਿਆਨ ਲੱਗਣ ਵੀ ਆਪੇ ਲੱਗ ਜਾਏਗਾ ਜੀ। ਮਹਾਰਾਜ ਕਿਰਪਾ ਕਰ ਦਿੰਦੇ ਜੀ, ਸੱਚੇ ਪਾਤਸ਼ਾਹ ਮਿਹਰ ਕਰਨ। ਆਓ ਸਾਰੀ ਸੰਗਤ, ਹੁਣ ਆਪਾਂ ਇਤਿਹਾਸ ਵਾਲੇ ਪਾਸੇ ਆਈਏ, ਫਤਿਹ ਦੀ ਸਾਂਝ ਸਾਰੇ ਪਾ ਲਈਏ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਕਸ਼ਮੀਰੀ ਬ੍ਰਾਹਮਣ ਆਏ ਜੀ। ਆ ਕੇ ਬੜੇ ਤਰਲੇ ਮਿੰਤ ਲਏ, ਸ਼ਿਵਜੀ ਜੀ ਦੀ, ਮਹਾਂਦੇਵ ਜੀ ਦੀ ਲਿਖੀ ਹੋਈ ਚਿੱਠੀ ਉਹਨਾਂ ਨੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਤੀ। ਆਖਿਆ, ਮਹਾਰਾਜ ਸਾਨੂੰ ਸੱਚੇ ਪਾਤਸ਼ਾਹ ਮਹਾਂਦੇਵ ਜੀ ਨੇ ਦਿੱਤੀ ਹੈ। ਮਹਾਂਦੇਵ ਜੀ ਨੇ ਆਖਿਆ, ਇਸ ਸਮੇਂ ਤੁਹਾਡਾ ਧਰਮ ਕੋਈ ਰਾਜਾ ਕੋਈ ਮਹਾਰਾਜਾ ਨਹੀਂ ਤੇ ਬਚਾ ਸਕਦਾ, ਗੁਰੂ ਨਾਨਕ ਸਾਹਿਬ ਜੀ ਦਾ ਦਰ ਤੁਹਾਡਾ ਧਰਮ ਬਚਾ ਸਕਦਾ। ਮਹਾਰਾਜ ਤੁਸੀਂ ਅਵਤਾਰ ਹੋ ਅਤੇ ਸੱਚੇ ਪਾਤਸ਼ਾਹ ਮਿਹਰ ਕਰੋ, ਸਾਡੇ ਡੁੱਬਦਾ ਹੋਇਆ ਧਰਮ ਬਚਾ ਲਓ। ਦੋ ਤਿੰਨ ਦਿਨ ਹੋ ਗਏ ਆਪਾਂ ਪੰਗਤੀ ਪੜ੍ਹ ਰਹੇ ਹਾਂ, ਦੁਖੀ ਬਿਪਰ ਕਸ਼ਮੀਰ ਕੇ, ਬਿਪਰ ਕਹਿੰਦੇ ਬ੍ਰਾਹਮਣ ਨੂੰ, ਚੱਲ ਆਏ ਪੂਰੀ ਆਨੰਦ, ਬਾਂਹ ਸਾਡੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਚੰਦ। ਹੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਸਾਡੀ ਬਾਂਹ ਫੜੋ ਜੀ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਆਖਿਆ ਸੀਗਾ, ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ, ਬਾਹੇ ਨਾ ਛੋਡੀਏ। ਗੁਰਮੁਖੋ, ਉੱਥੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਆਖਿਆ, ਤੁਹਾਡਾ ਧਰਮ ਤਾਂ ਬਚ ਸਕਦਾ ਜੇ ਕੋਈ ਬਹੁਤ ਵੱਡੇ ਮਹਾਂਪੁਰਸ਼ ਆਪਣਾ ਬਲੀਦਾਨ ਦੇ ਦੇਣ ਜੀ, ਆਪਣੀ ਕੁਰਬਾਨੀ ਦੇ ਦੇਣ ਜੀ। ਦਸਵੇਂ ਪਾਤਸ਼ਾਹ ਨਾਲ ਬਚਨ ਹੋਏ ਜੀ, ਕੁਝ ਵਿਦਵਾਨ ਸੁਰਤ ਕਰਕੇ ਵੀ ਦੱਸਦੇ, ਪਰ ਬਹੁਤਾਂਤ ਜੋ ਪ੍ਰਚਲਿਤ ਹੈ ਉਸ ਸਮੇਂ ਮਹਾਰਾਜ ਕੋਲ ਸਨ ਅਤੇ ਆਖਿਆ ਵੀ ਮਹਾਰਾਜ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕੌਣ ਹੈਗਾ, ਕਿਰਪਾ ਕਰੋ ਆਪ ਜੀ ਜਾ ਕੇ ਇਹਨਾਂ ਦਾ ਧਰਮ ਬਚਾ ਦਿਓ ਜੀ। ਕੱਲ੍ਹ ਵੀ ਬੇਨਤੀ ਕੀਤੀ ਸੀ, ਗੁਰੂ ਦਸਵੇਂ ਪਾਤਸ਼ਾਹ ਦਾ ਦੇਣਾ ਕੋਈ ਦੇ ਨਹੀਂ ਚੇ ਸਕਦਾ ਜੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਕਸ਼ਮੀਰੀ ਪੰਡਿਤਾਂ ਨੂੰ ਜਾਓ, ਔਰੰਗਜ਼ੇਬ ਨੂੰ ਆਖੋ, ਸਾਡੇ ਗੁਰੂ ਨੇ ਗੁਰੂ ਤੇਗ ਬਹਾਦਰ ਸਾਹਿਬ ਉਹ ਜੇ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਸਾਰੇ ਆਪੇ ਮੁਸਲਮਾਨ ਬਣ ਜਾਵਾਂਗੇ। ਕੁਝ ਬੰਦੇ ਹੋਰ ਉਹਨਾਂ ਇਕੱਠੇ ਕੀਤੇ, ਆਪ ਵੀ ਉਹ ਤੁਰੇ ਜੀ ਅਤੇ ਦਿੱਲੀ ਵੱਲ ਨੂੰ ਤੁਰ ਪਏ। ਇੱਥੋਂ ਤੱਕ ਕੱਲ੍ਹ ਕਥਾ ਹੋਈ ਸੀਗੀ, ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸੁਣੀਏ। ਸਾਰੀ ਸੰਗਤ ਇਕਾਗਰਤਾ ਬਖਸ਼ਿਸ਼ ਕਰੋ,
ਦੋਵੇਂ ਹੱਥ ਜੋੜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸਾਹਿਬ ਜੀ ਮਹਾਰਾਜ, ਹਰ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਗੁਰੂ ਸਾਹਿਬ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਕੇਤਕ ਦਿਨ ਮੈਂ ਪਹੁੰਚੇ ਜਾਏ, ਕਈ ਬ੍ਰਾਹਮਣ ਇਕੱਠੇ ਹੋ ਕੇ ਦਿੱਲੀ ਨੂੰ ਤੁਰ ਪਏ ਜੀ। ਹੁਣ ਦਿੱਲੀ ਕਿਹੜਾ ਛੇਤੀ ਪਹੁੰਚ ਜਾਣਾ ਸੀਗਾ ਜੀ, ਦਿੱਲੀ ਪਹੁੰਚਣ ਲੱਗਿਆਂ ਵੀ ਸਮਾਂ ਲੱਗਣਾ ਸੀ। ਆਨੰਦਪੁਰ ਸਾਹਿਬ ਤੋਂ ਬ੍ਰਾਹਮਣ ਵੀਰ ਚੱਲੇ ਅਤੇ ਕਈ ਦਿਨ ਉਹਨਾਂ ਨੂੰ ਲੱਗੇ ਦਿੱਲੀ ਪਹੁੰਚਣ ਵਾਸਤੇ ਜੀ। ਕਈ ਦਿਨਾਂ ਬਾਅਦ ਉਹ ਬ੍ਰਾਹਮਣ ਸਾਰੇ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਦਿੱਲੀ ਆਏ ਜੀ, ਔਰੰਗਜ਼ੇਬ ਦੇ ਕੋਲ ਜੀ। ਗੁਰਮੁਖੋ ਇੱਕ ਗੱਲ ਚੇਤਾ ਰੱਖੋ, ਬਾਦਸ਼ਾਹ ਦੇ ਕੋਲ ਵੀ ਬੰਦਾ ਜਾਂਦਾ ਅਤੇ ਪਾਤਸ਼ਾਹ ਦੇ ਕੋਲ ਵੀ ਜਾਂਦਾ ਜੀ। ਪਤਾ ਕਿਵੇਂ ਜੀ? ਬਾਹਰੀ ਤੌਰ 'ਤੇ ਆ ਜਿਹੜੇ ਮੰਤਰੀ ਨੇ ਨਾ ਜੀ, ਇਹ ਬਾਦਸ਼ਾਹ ਨੇ ਬਾਦਸ਼ਾਹ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਜੀ, ਮਹਾਰਾਜ ਪਾਤਸ਼ਾਹ ਨੇ। ਇੱਕ ਗੱਲ ਚੇਤਾ ਰੱਖਿਓ, ਬਾਦਸ਼ਾਹਾਂ ਦੇ ਕੋਲ ਜਾਣ ਨਾਲ ਜ਼ਰੂਰੀ ਨਹੀਂ ਬੰਦੇ ਦੀ ਇੱਜ਼ਤ ਬਣ ਜਾਏ ਜੀ, ਪਰ ਜਿਹੜੇ ਪਾਤਸ਼ਾਹਾਂ ਦੇ ਕੋਲ ਆਉਂਦੇ ਉਹਨਾਂ ਦੀ ਇੱਜ਼ਤ ਬਚ ਜਾਂਦੀ ਜੀ। ਪਾਤਸ਼ਾਹ ਦੇ ਕੋਲ ਆਏ ਸੀਗੇ ਜੀ ਪਹਿਲਾਂ ਇਹ, ਹੁਣ ਬਾਦਸ਼ਾਹ ਦੇ ਕੋਲ ਗਏ ਜੀ, ਜਾ ਕੇ ਦਿੱਲੀ ਪਹੁੰਚ ਗਏ ਸਾਰੇ ਜੀ। ਹਾਂਜੀ, ਬਹੁ ਪੁਰ ਕੇ ਮਿਲ ਦਿਜ ਸਮੁਦਾਏ, ਕਈ ਪੁਰੀਆਂ ਦੇ, ਫਿਰ ਇਕੱਲੇ ਕਸ਼ਮੀਰ ਦੇ ਨਹੀਂ ਜੀ, ਹੋਰ ਆਸੇ ਪਾਸੇ ਕਈ ਪੁਰੀਆਂ ਦੇ ਬ੍ਰਾਹਮਣ ਇਕੱਠੇ ਹੋ ਗਏ ਜੀ ਉੱਥੇ ਜਾ ਕੇ, ਦਿੱਲੀ ਵਿੱਚ ਸਾਰੇ ਇਕੱਠੇ ਹੋਏ। ਹਾਂਜੀ, ਦੁਰਗ ਤੁਰਗ ਕੇ ਥਿਰੇ ਅਗਾਰੀ, ਤੇ ਜਿਸ ਕਿਲੇ ਵਿੱਚ ਔਰੰਗਜ਼ੇਬ ਬਾਦਸ਼ਾਹ ਰਹਿੰਦਾ ਨਾ ਜੀ ਦੁਸ਼ਟ, ਉਸ ਕਿਲੇ ਦੇ ਬਾਹਰ ਪਹੁੰਚ ਗਏ। ਇੱਥੇ ਭਾਈ ਸੰਤੋਖ ਸਿੰਘ ਜੀ ਨੇ ਫਿਰ ਇਕੱਲਾ ਕਸ਼ਮੀਰ ਨਹੀਂ ਲਿਖਿਆ, ਆਸੇ ਪਾਸੇ ਹੋਰ ਕਈ ਪੁਰੀਆਂ ਦੇ ਬ੍ਰਾਹਮਣ ਵੀਰ ਇਕੱਠੇ ਹੋ ਗਏ ਜੀ। ਹਾਂਜੀ, ਬੂਝੇ ਆਪਣੀ ਬ੍ਰਥਾ ਉਚਾਰੀ, ਜਾ ਕੇ ਹੁਣ ਬਾਹਰ ਪਹਿਰੇਦਾਰ ਸੀਗੇ ਜੀ। ਹਾਂਜੀ, ਪਹਿਰੇਦਾਰ ਨੇ ਪੁੱਛਿਆ ਦੱਸੋ ਕਿਹਨੂੰ ਮਿਲਣਾ, ਉਹਨਾਂ ਬ੍ਰਾਹਮਣ ਵੀਰਾਂ ਨੇ ਆਪਣੀ ਬਿਰਥਾ ਸਾਰੀ ਦੱਸੀ ਜੀ। ਹਾਂਜੀ, ਬਹੁ ਪੁਰ ਕੇ ਦੇ ਜੋ ਹਮ ਸਮੁਦਾਏ, ਭਾਈ ਇਕੱਲੇ ਕਸ਼ਮੀਰ ਦੇ ਗੱਲ ਨਹੀਂ ਆ ਰਹੀ ਜੀ, ਅਸੀਂ ਬੜੇ ਪੁਰਿਆਂ ਦੇ ਕਈ ਇਲਾਕਿਆਂ ਦੇ ਬ੍ਰਾਹਮਣ ਸਾਰੇ ਇਕੱਠੇ ਹੋ ਕੇ ਆਏ ਹਾਂ ਤੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣਾ ਚਾਹੁੰਦੇ ਹਾਂ। ਹਾਂਜੀ, ਦੁੱਖ ਕੋ ਪਾਏ ਪੁਕਾਰੂ ਆਏ, ਅਸੀਂ ਬੜੇ ਦੁਖੀ ਹਾਂ ਤੇ ਅਸੀਂ ਬਾਦਸ਼ਾਹ ਦੇ ਅੱਗੇ ਪੁਕਾਰ ਕਰਨ ਆਏ ਹਾਂ। ਪਹਿਲੇ ਸਮੇਂ ਵਿੱਚ ਬਾਦਸ਼ਾਹਾਂ ਨੂੰ ਮਿਲਣ ਵਾਸਤੇ ਪੁਕਾਰ ਕਰਨੀ ਪੈਂਦੀ ਸੀ, ਗੱਜ ਕੇ ਆਖੋ, ਭਾਵ ਪੁਕਾਰ ਕੇ ਕਹਿਣਾ ਪੈਂਦਾ ਸੀ ਵੀ ਸਾਡੀ ਮਦਦ ਕਰੋ। ਹਾਂਜੀ, ਬਾਦਸ਼ਾਹ ਜਬ ਸੁਣੈ ਬ੍ਰਤੰਤ, ਹਾਂਜੀ, ਤਬ ਹੋ ਨਿਸ਼ਚੈ ਬਨੈ ਮਤੰਤ, ਤੁਸੀਂ ਜਾ ਕੇ ਇਹ ਕਹਿ ਦਿਓ ਵੀ ਉਹ ਬ੍ਰਾਹਮਣ ਆਏ ਨੇ ਤੇ ਬਾਦਸ਼ਾਹ ਨੇ ਆਪੇ ਕਹਿ ਦੇਣਾ ਵੀ ਭੇਜ ਦਿਓ। ਇਹ ਗੱਲ ਸੁਣ ਕੇ ਉਹ ਬੰਦਾ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਗਿਆ ਜੀ। ਹਾਂਜੀ, ਜੇ ਕਸ਼ਮੀਰ ਆਦ ਗਨ ਦੇਸ਼, ਹਾਂਜੀ, ਹੋਏ ਹਿੰਦਨ ਪਰ ਜ਼ੁਲਮ ਵਿਸ਼ੇਸ਼, ਹਾਂਜੀ, ਇਮ ਸੁਨ ਗਇਓ ਸ਼ਾਹ ਲਖਮਰਜੀ, ਹਾਂਜੀ, ਕਰੀ ਅਰ ਬੇਗੀ ਤਬ ਅਰਜੀ। ਗੁਰਮੁਖੋ ਜਾ ਕੇ ਉਹਨੇ ਫਿਰ ਬਾਦਸ਼ਾਹ ਤੱਕ ਪਹੁੰਚਣਾ ਕਿਹੜਾ ਸੌਖਾ ਸੀਗਾ, ਕਰਦਿਆਂ ਕਰਦਿਆਂ ਔਰੰਗਜ਼ੇਬ ਨੂੰ ਹੌਲੀ ਹੌਲੀ ਪਤਾ ਲੱਗਣਾ ਸ਼ੁਰੂ ਹੋਇਆ ਕਸ਼ਮੀਰ ਦੇ ਤੇ ਆਸੇ ਪਾਸਿਓ ਹੋਰ ਪੰਡਿਤ ਆਏ ਨੇ ਮਿਲਣ ਵਾਸਤੇ। ਹਾਂਜੀ, ਹਜ਼ਰਤ ਸ਼ਾਹ ਸਲਾਮਤ ਸੁਣੀਏ ਹੈ, ਹਾਂਜੀ, ਗਨ ਦੇਸ਼ਨ ਕੇ ਦਿਜ ਬਹੁ ਗਨੀ ਹੈ, ਗੱਜ ਕੇ ਆਖੋ ਵਾਹਿਗੁਰੂ। ਦੱਸਣ ਵਾਲੇ ਨੇ ਦੱਸਿਆ, ਹੁਣ ਤੁਹਾਨੂੰ ਪਤਾ ਬਾਦਸ਼ਾਹਾਂ ਨੂੰ ਥੋੜਾ ਬਹੁਤਾ ਸਤਿਕਾਰ ਨਾਲ ਨਾ ਬੋਲੋ ਤਾਂ ਉਹਨਾਂ ਨੂੰ ਗੁੱਸਾ ਚੜ੍ਹ ਜਾਂਦਾ ਜੀ, ਉਹਨਾਂ ਦੀ ਬੋਲੀ ਮੈਨੂੰ ਬੋਲਣੀ ਪੈ ਰਹੀ, ਗੁਰੂ ਸਾਹਿਬ ਮਾਫ ਕਰਨਾ। ਉਹਨੇ ਜਾ ਕੇ ਕਿਹਾ ਬਾਦਸ਼ਾਹ ਸਲਾਮਤ, ਗੱਲ ਧਿਆਨ ਨਾ ਸੁਣਿਓ, ਕਸ਼ਮੀਰ ਦੇ ਤੇ ਆਸੇ ਪਾਸਿਓ ਪੰਡਿਤ ਤੁਹਾਨੂੰ ਮਿਲਣ ਵਾਸਤੇ ਆਏ ਨੇ। ਹਾਂਜੀ, ਪਾਏ ਕਸ਼ਟ ਕੋ ਆਏ ਪੁਕਾਰੂ, ਉਹ ਪੁਕਾਰ ਕਰ ਰਹੇ ਨੇ ਤੁਹਾਡੇ ਚਰਨਾਂ ਵਿੱਚ ਆ ਕੇ। ਹਾਂਜੀ, ਚਾਹੇ ਤੇ ਆਪ ਕੇ ਪਾਸ ਉਚਾਰੂ, ਤੇ ਤੁਹਾਨੂੰ ਆਪ ਆ ਕੇ ਗੱਲ ਆਪਣੀ ਦੱਸਣਾ ਚਾਹੁੰਦੇ ਨੇ, ਤੇ ਜੇ ਤੁਹਾਡੀ ਆਗਿਆ ਹੋਵੇ ਤੇ ਉਹ ਕਸ਼ਮੀਰੀ ਪੰਡਿਤਾਂ ਨੂੰ ਆਉਣ ਦੀ ਤੁਹਾਡੇ ਸਾਹਮਣੇ ਲੈ ਆਈਏ। ਹਾਂਜੀ, ਪੁਰ ਕਸ਼ਮੀਰ ਆਦ ਤੇ ਆਏ, ਹਾਂਜੀ, ਧਨ ਵਿਦਿਆ ਮੈਂ ਜੋ ਅਧਿਕਾਏ, ਤੇ ਉਹਨੇ ਵੀ ਇਹ ਗੱਲ ਦੱਸੀ ਜੀ। ਫਿਰ ਗੱਲ ਧਿਆਨ ਨਾ ਸੁਣਿਓ, ਸਿਆਣਾ ਬੰਦਾ ਹੋਵੇ, ਸਲੀਕਾ ਹੋਵੇ,
ਉਹਦੀ ਗੱਲ ਹੀ ਹੋਰ ਹੁੰਦੀ ਜੀ, ਗੱਜ ਕੇ ਆਖੋ ਵਾਹਿਗੁਰੂ। ਹੁਣ ਉਹ ਵਿਦਵਾਨ ਸੀਗੇ ਜੀ, ਉਹਨਾਂ ਦੇ ਬੋਲਣ ਦਾ ਢੰਗ, ਉਹਨਾਂ ਦੇ ਖਲੋਣ ਦਾ ਢੰਗ ਦੱਸ ਰਿਹਾ ਸੀ ਵੀ ਇਹ ਵਿਦਵਾਨ ਪੁਰਸ਼ ਨੇ ਦੀ। ਉਹ ਕਹਿਣ ਲੱਗਾ ਔਰੰਗਜ਼ੇਬ ਬਾਦਸ਼ਾਹ ਨੂੰ ਵੀ ਬੰਦੇ ਬੜੇ ਵਿਦਵਾਨ ਨੇ ਜਿਹੜੇ ਆਏ ਨੇ ਨਾ, ਬੜੇ ਸਿਆਣੇ ਲੱਗਦੇ ਨੇ। ਹਾਂਜੀ, ਜੋ ਨਰ ਗਨ ਮੇ ਹੈ ਪ੍ਰਧਾਨ, ਹਾਂਜੀ, ਤੇ ਪਹੁੰਚੇ ਦੀਰਗ ਬੁੱਧੀਵਾਨ। ਜਿਹੜਾ ਉਹਨਾਂ ਦੇ ਵਿੱਚ ਵੱਡਾ ਉਹ ਗੱਲ ਕਰਦਾ ਤੇ ਉਹ ਬੜਾ ਸਿਆਣਾ ਲੱਗ ਰਿਹਾ ਮੈਨੂੰ, ਤੇ ਜੇ ਤੁਸੀਂ ਆਖੋ ਉਹਨਾਂ ਨੂੰ ਲੈ ਆਈਏ। ਗੱਲ ਕੌਣ ਕਰਦਾ ਸੀ ਭਲਾ ਜੇ? ਪੰਡਿਤ ਕਿਰਪਾ ਰਾਮ ਜੀ ਇਹ ਗੱਲ ਕਰਦੇ ਸੀਗੇ। ਉਹ ਬੰਦਾ ਮੈਨੂੰ ਬੜਾ ਸਿਆਣਾ ਲੱਗਦਾ, ਸਿਆਣੇ ਨੂੰ ਸਿਆਣਾ ਹੀ ਕਹਿਣਾ ਸਾਰਿਆਂ, ਗੱਜ ਕੇ ਆਖੋ। ਭਾਵੇਂ ਵੇਖ ਲਓ ਔਰੰਗਜ਼ੇਬ ਦੀ ਸਭਾ ਵਿੱਚ ਵੀ ਸਿਆਣੇ ਦੀ ਤਾਰੀਫ ਹੋ ਰਹੀ ਹੈ ਜੀ, ਉਹ ਬੰਦਾ ਬੜਾ ਸਿਆਣਾ ਹੈਗਾ ਜੀ। ਹਾਂਜੀ, ਸੁਨਤ ਸ਼ਾਹ ਔਰੰਗ ਵਿਚਾਰੇ, ਔਰੰਗਜ਼ੇਬ ਨੇ ਵਿਚਾਰ ਕੀਤੀ ਵੀ ਉਹ ਕਿਉਂ ਇਕੱਠੇ ਹੋ ਕੇ ਆ ਗਏ ਮੈਨੂੰ ਮਿਲਣ ਵਾਸਤੇ। ਹਾਂਜੀ, ਸਰਾਬਤ ਲਖ ਨਿਕਟ ਅਹਕਾਰੇ, ਹਾਂਜੀ ਕਿੱਥੇ ਉੱਥੇ ਫਿਰ ਲਿਖਦੇ ਨੇ ਵੀ ਸ਼ਰਾਬਾਤ ਲਖ ਨਿਕਟ ਵਿਚਾਰੇ, ਉਹਨੇ ਵਿਚਾਰ ਕੀਤੇ ਵੀ ਓਹੋ ਇਹ ਤੇ ਸਾਰੇ ਮੁਸਲਮਾਨ ਬਣਾਉਣੇ ਸੀਗੇ, ਇਹ ਆਪਣੇ ਧਰਮ ਦਾ ਬਚਾ ਕਰਨ ਵਾਸਤੇ ਮੇਰੇ ਕੋਲ ਆਏ ਹੋਣੇ। ਹਾਂਜੀ, ਸੁਣ ਆ ਇਸ ਕੋ ਦਿਜ ਸਮਝਾਏ, ਹਾਂਜੀ ਪਹੁੰਚੇ ਜਮਨ ਸਭਾ ਲਖ ਜਾਏ। ਫਿਰ ਉਹਨੇ ਆਗਿਆ ਦੇ ਤੀ ਵੀ ਜਿੰਨੇ ਆਏ ਨੇ ਨਾ ਸਾਰਿਆਂ ਨੂੰ ਲੈ ਆਓ ਜੀ। ਦੀਵਾਨੇ ਖਾਸ ਵਿੱਚ ਮਿਲਦਾ ਹੁੰਦਾ ਸੀ ਔਰੰਗਜ਼ੇਬ, ਦੀਵਾਨੇ ਖਾਸ ਵਿੱਚ ਸਾਰੇ ਆ ਗਏ ਜੀ ਦਿੱਲੀ ਵਿੱਚ ਜੀ। ਆਹ ਜਿਹੜਾ ਲਾਲ ਕਿਲ੍ਹਾ ਨਾ ਜੀ, ਉੱਥੇ ਰਹਿੰਦੇ ਹੁੰਦੇ ਸੀਗੇ ਜੀ, ਇਹ ਦਿੱਲੀ ਵਿੱਚ ਉਸ ਕਿਲ੍ਹੇ ਵਿੱਚ ਬੈਠ ਗਿਆ ਜੀ, ਸਾਰੇ ਬ੍ਰਾਹਮਣ ਉਹਦੇ ਕੋਲ ਆਏ ਜੀ। ਹਾਂਜੀ, ਬੈਠੇ ਕਾਜੀ ਬ੍ਰਿੰਦ ਮੁਲਾਨੇ, ਇਹਨੇ ਹੋਰ ਕਾਜੀ ਸੱਦ ਲਏ ਜੀ। ਉਹਦਾ ਕਾਰਨ ਇਹ ਸੀ, ਪਤਾ ਸੀ ਉਹ ਬੜੇ ਵਿਦਵਾਨ ਨੇ ਤੇ ਮੇਰੇ ਕੋਲ ਉਹਨਾਂ ਨਾਲ ਗੱਲ ਨਹੀਂ ਹੋਣੀ, ਹੋਰ ਕਾਜੀ ਵਿਦਵਾਨ ਸੱਦੇ ਔਰੰਗਜ਼ੇਬ ਨੇ। ਹਾਂਜੀ, ਗਨ ਉਪਰਾਵ ਮਹਾ ਮਨ ਮਾਨੇ, ਆਪਣੇ ਬੜੇ ਬੜੇ ਅਮੀਰ ਵਜ਼ੀਰ ਔਰੰਗਜ਼ੇਬ ਨੇ ਕੋਲ ਸੱਦ ਲਏ, ਕਿਉਂਕਿ ਦੱਸਣ ਵਾਲੇ ਨੇ ਦੱਸਿਆ ਵੀ ਬੰਦੇ ਬੜੇ ਸਿਆਣੇ ਆਏ ਮਿਲਣ। ਗੱਜ ਕੇ ਆਖੋ, ਹੁਣ ਸਿਆਣੇ ਬੰਦੇ ਦਾ ਤੇ ਨਾ ਹੀ ਬੜਾ ਹੁੰਦਾ ਜੀ, ਤੇ ਸਿਆਣਿਆਂ ਨਾਲ ਗੱਲਬਾਤ ਕਰਨੀ ਹਰ ਇੱਕ ਦੇ ਵੱਸ ਦੀ ਗੱਲ ਵੀ ਨਹੀਂ ਹੁੰਦੀ ਜੀ। ਹਾਂਜੀ, ਔਰੰਗਜ਼ੇਬ ਨੇ ਵਿਦਵਾਨ ਸੱਦ ਲਏ, ਹੋਰ ਆਸੇ ਪਾਸੇ ਆਪਣੇ ਉਮੀਦਵਾਰ ਸੱਦ ਲਏ, ਵਾਹਿਗੁਰੂ ਉਮਰਾਵ ਸੱਦ ਲਏ, ਵਜ਼ੀਰ ਸੱਦ ਲਏ ਜੀ। ਹਾਂਜੀ, ਜਰੇ ਜਵਾਹਰ ਜੇਵਰ ਸਾਰੇ, ਹੁਣ ਭਾਈ ਸੰਤੋਖ ਸਿੰਘ ਦੱਸ ਰਹੇ ਵੀ ਔਰੰਗਜ਼ੇਬ ਤਿਆਰ ਹੋ ਕੇ ਆਇਆ, ਟੋਪੀ ਪਾਉਂਦਾ ਹੁੰਦਾ ਸੀਗਾ ਜੀ। ਹਾਂਜੀ, ਬੜਾ ਤਿਆਰ ਸ਼ਿਆਰ ਹੋ ਕੇ ਆ ਗਿਆ ਜੀ ਉੱਥੇ। ਹਾਂਜੀ, ਪਹਿਰੇ ਵਸਤਰ ਮਹਾਦੁੱਤ ਧਾਰੇ, ਹਾਂਜੀ ਚੁੱਕ ਚੁੱਕ ਬ੍ਰਿਪਨ ਕੀਨ ਸਲਾਮ, ਹਾਂਜੀ ਉਨ ਕਰ ਜੋਰੇ ਖਰੇ ਤਮਾਮ। ਇੱਥੇ ਹੁਣ ਫਰਕ ਚ, ਉੱਥੇ ਫਿਰ ਕਸ਼ਮੀਰੀ ਪੰਡਿਤ ਜਦੋਂ ਪਹੁੰਚ ਗਏ ਨਾ ਜੀ, ਔਰੰਗਜ਼ੇਬ ਬੈਠਾ ਸੀਗਾ ਤੇ ਝੁੱਕ ਝੁੱਕ ਕੇ ਕਸ਼ਮੀਰੀ ਪੰਡਿਤਾਂ ਨੇ ਉਹਨਾਂ ਨੂੰ ਮੱਥਾ ਟੇਕਿਆ ਔਰੰਗਜ਼ੇਬ ਨੂੰ ਜੀ, ਟੇਕਣਾ ਪੈਣਾ ਸੀ, ਗੱਜ ਕੇ ਆਖੋ ਵਾਹਿਗੁਰੂ। ਪਰ ਗੁਰੂ ਕਾ ਸਿੱਖ ਇਸ ਗੱਲ ਦਾ ਖਾਸ ਧਿਆਨ ਰੱਖੇ ਜੀ। ਹਾਂਜੀ, ਐਵੇਂ ਨਹੀਂ ਜਿਹੜਾ ਮਰਜ਼ੀ ਆ ਗਿਆ, ਕਿਸੇ ਗੁਰਮੁਖ ਰੂਹ ਅੱਗੇ ਨਮਸਕਾਰ ਕਰੋ, ਪਰ ਕੋਸ਼ਿਸ਼ ਕਰੋ ਇਹਨਾਂ ਦੂਜੇ ਬੰਦਿਆਂ ਦਾ ਪਰਹੇਜ਼ ਹੀ ਕਰਨ ਦਾ ਜੀ। ਹਾਂਜੀ, ਇਹ ਨਹੀਂ ਵੀ ਮੈਂ ਆਕੜ ਦਾ ਉਪਦੇਸ਼ ਦੇ ਰਿਹਾ, ਰਹਿਣਾ ਨਿਮਰਤਾ ਵਿੱਚ ਹੀ ਹੈ ਜੀ, ਪਰ ਗੁਰੂ ਵਾਲਾ ਸਤਿਕਾਰ ਕਿਸੇ ਦੂਜੇ ਦਾ ਨਹੀਂ ਕਰਨਾ ਜੀ। ਜਿਹੜਾ ਸਤਿਕਾਰ ਸਾਡੇ ਸਤਿਗੁਰੂ ਜੀ ਦਾ ਜੀ, ਉਹਨਾਂ ਸਾਰਿਆਂ ਨੇ ਔਰੰਗਜ਼ੇਬ ਨੂੰ ਝੁੱਕ ਝੁੱਕ ਮੱਥਾ ਟੇਕਿਆ ਜੀ। ਹਾਂਜੀ, ਨਿਜ ਦਿਸ ਸਾਹੁ ਤਵਾ ਜੈ ਹੋਵਾ, ਹਾਂਜੀ ਸੁਣਿਓ ਚਹੈ ਇਮ ਜਬ ਹੂੰ ਜੋਵਾ। ਤੇ ਔਰੰਗਜ਼ੇਬ ਬਾਦਸ਼ਾਹ ਨੇ ਵੇਖਿਆ ਵੀ ਕਾਹਦੇ ਸਿਆਣੇ ਨੇ, ਹੈ ਇਹ ਤੇ ਮੇਰੇ ਤੋਂ ਡਰੇ ਹੋਏ ਨੇ, ਸਹਿਮੇ ਹੋਏ ਨੇ। ਔਰੰਗਜ਼ੇਬ ਨੇ ਫਿਰ ਬੜੀ ਜ਼ੋਰ ਦੀ ਨਾਲ ਉਹਨਾਂ ਨੂੰ ਆਖਿਆ, ਦੱਸੋ ਕੀ ਕੰਮ ਹੈ ਤੁਹਾਨੂੰ ਮੇਰੇ ਨਾਲ? ਹਾਂਜੀ, ਬਏ ਸਈ ਸਤੀ ਰਜ ਅਰਜ ਗੁਜਾਰੈ, ਹਾਂਜੀ ਹੋਏ ਲਚਾਰ ਤੁਮ ਨਿਕਟ ਪੁਕਾਰੈ। ਭਏ ਸਤੀਰਜ ਅਰਜ ਗੁਜਾਰੈ, ਬੜੇ ਧੀਰਜ ਦੇ ਨਾਲ ਨਾ ਪੰਡਿਤ ਕਿਰਪਾ ਰਾਮ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਜੀ ਤੁਹਾਨੂੰ ਕੀ ਕਹਿਣਾ ਸੀ, ਅਸੀਂ ਤੁਹਾਨੂੰ ਕੁਛ ਕਹਿ ਸਕਦੇ ਹਾਂ? ਅਸੀਂ ਤੇ ਆਪਣੇ ਧਰਮ ਦਾ ਵਾਸਤਾ ਪਾਉਣ ਤੁਹਾਡੇ ਕੋਲ ਆਏ, ਕਹਿਣ ਲੱਗੇ ਵਾਸਤਾ ਪਾਉਣ ਆਏ ਆ, ਸਾਡੀ ਗੱਲ ਬਾਦਸ਼ਾਹ ਧਿਆਨ ਨਾ ਸੁਣਿਓ। ਹਾਂਜੀ, ਕਰੇ ਬਿਨਾਸਨ ਧਰਮ ਹਮਾਰੇ, ਹਾਂਜੀ ਹਿੰਦੂ ਲੈ ਹੈ ਸਰਾ ਮਜਾ, ਸਾਨੂੰ ਜਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਔਰੰਗਜ਼ੇਬ ਬਾਦਸ਼ਾਹ, ਸਾਨੂੰ ਜਬਰਦਸਤੀ ਸ਼ਰ੍ਹਾਂ ਵਿੱਚ ਲੈ ਕੇ ਆਇਆ ਜਾ ਰਿਹਾ, ਅਸੀਂ ਆਪਣਾ ਧਰਮ ਨਹੀਂ ਛੱਡਣਾ ਚਾਹੁੰਦੇ। ਹਾਂਜੀ, ਸੋਰਾ ਵਰਗੀ ਮਰਜ਼ੀ ਜਾਨੀ, ਹਾਂਜੀ ਇਸ ਪ੍ਰਕਾਰ ਹਮ ਮਿਲ ਮਨ ਮਾਨੀ। ਤੇ ਜਦੋਂ ਆਪਾਂ ਨਾ ਕੀਤੀ ਨਾ ਆਪਣੇ ਵਜ਼ੀਰਾਂ ਨੂੰ ਉੱਪਰਲਿਆਂ ਨੂੰ, ਤੇ ਸਾਨੂੰ ਵਜ਼ੀਰਾਂ ਨੇ ਆਖਿਆ ਵੀ ਤੁਸੀਂ ਸਾਨੂੰ ਮੁਸਲਮਾਨ ਬਣਾ ਰਹੇ ਹੋ, ਗੱਜ ਕੇ ਆਖੋ।
ਉਹ ਕਸ਼ਮੀਰੀ ਪੰਡਿਤ ਔਰੰਗਜ਼ੇਬ ਨੂੰ ਕਹਿ ਰਹੇ, ਔਰੰਗਜ਼ੇਬ ਬਾਦਸ਼ਾਹ ਸਾਨੂੰ ਪਤਾ ਲੱਗਾ ਵੀ ਸਾਨੂੰ ਮੁਸਲਮਾਨ ਤੁਸੀਂ ਬਣਾ ਰਹੇ ਹੋ, ਤੇ ਅਸੀਂ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਤੇ ਤੁਹਾਡੀ ਮਰਜ਼ੀ ਨਾਲ ਸਾਰਾ ਕੰਮ ਹੋ ਰਿਹਾ। ਹਾਂਜੀ, ਵਿਪਰਨ ਕੋ ਜਜਮਾਨ ਅਲੰਭ, ਹਾਂਜੀ, ਚਲਹਿ ਜੀਵ ਕਾ ਦੇਤ ਕਦੰਭ। ਤੇ ਬਾਦਸ਼ਾਹ ਅਸੀਂ ਤੁਹਾਨੂੰ ਬੇਨਤੀ ਕਰਨਾ ਹੈ, ਤੁਸੀਂ ਆਪਣੇ ਧਰਮ ਵਿੱਚ ਰਹੋ ਤੇ ਸਾਨੂੰ ਆਪਣੇ ਧਰਮ ਵਿੱਚ ਰਹਿ ਲੈਣ ਦਿਓ। ਉਹਦਾ ਕਾਰਨ ਇਹ ਹੈ ਅਸੀਂ ਬ੍ਰਾਹਮਣ ਲੋਕ ਹਾਂ, ਬ੍ਰਾਹਮਣ ਲੋਕ ਬਹੁਤੇ ਦਾਨ ਉੱਤੇ ਪਲਦੇ ਜੀ, ਗੱਜ ਕੇ ਆਖੋ। ਉਹ ਕਹਿੰਦੇ ਅਸੀਂ ਦਾਨ ਲੈ ਕੇ ਆਪਣਾ ਗੁਜ਼ਾਰਾ ਕਰਨਾ ਹੁੰਦਾ। ਹਾਂਜੀ, ਤਿੰਨ ਤੇ ਦਾਨ ਲੈਣ ਅਧਿਕਾਰੀ, ਹਾਂਜੀ, ਛਪੀ ਨਾ ਇਹ ਕਛ ਜਗਤ ਮਝਾਰੀ। ਸਾਰੇ ਜਗਤ ਵਿੱਚ ਪਤਾ ਵੀ ਆਪਾਂ ਦਾਨ ਲੈ ਕੇ ਗੁਜ਼ਾਰਾ ਕਰਦੇ, ਬ੍ਰਾਹਮਣ ਧਰਮ ਹੀ ਇਹਦੇ ਤੇ ਟਿਕਿਆ। ਹਾਂਜੀ, ਸੋ ਹਿੰਦੂ ਜਜਮਾਨ ਕਨੇਰੇ, ਸਭ ਮਹਿ ਛਤਰੀ ਅਹੈ ਬਡੇਰੇ। ਗੱਜ ਕੇ ਆਖੋ ਵਾਹਿਗੁਰੂ। ਤੇ ਬਾਦਸ਼ਾਹ ਨੂੰ ਉਹ ਕਹਿਣ ਲੱਗੇ, ਗੁਰੂ ਤੇਗ ਬਹਾਦਰ ਸਾਹਿਬ ਤੇ ਗੱਲ ਲਿਆਉਣੀ ਜੀ। ਕਹਿਣ ਲੱਗੇ ਗੱਲ ਇਹ ਹੈ ਵੀ ਆਪਾਂ ਦਾਨ ਲੈਂਦੇ ਹਾਂ ਤੇ ਬ੍ਰਾਹਮਣਾਂ ਨੂੰ ਦਾਨ ਖੱਤਰੀਆਂ ਨੇ ਦੇਣਾ ਹੁੰਦਾ। ਕਹਿਣ ਲੱਗੇ ਗੱਜ ਕੇ ਆਖੋ ਵੀ ਸਾਰੇ ਬ੍ਰਾਹਮਣ ਦਾਨ ਲੈਂਦੇ ਨੇ, ਪਰ ਇਹ ਵੀ ਉਹਨਾਂ ਦਾ ਅੱਧਾ ਕਰਮ ਹੈ। ਬ੍ਰਾਹਮਣ ਨੇ ਇਕੱਲਾ ਦਾਨ ਲੈਣਾ ਨਹੀਂ ਹੁੰਦਾ, ਦਾਨ ਦੇਣਾ ਵੀ ਹੁੰਦਾ ਜੀ, ਪਰ ਉਹ ਲੈਣ ਦੀ ਆਦਤ ਜਿਹਨੂੰ ਪੈ ਜਾਵੇ ਫਿਰ ਦੇ ਨਹੀਂ ਸਕਦਾ ਜੀ ਉਹ ਜੀ। ਹਾਂਜੀ, ਕਹਿਣ ਲੱਗੇ ਜੀ ਖੱਤਰੀ ਲੋਕ ਸਾਨੂੰ ਦਾਨ ਦਿੰਦੇ ਨੇ, ਅਸੀਂ ਉਹਨਾਂ ਦੇ ਆਸਰੇ ਜਿੰਦੇ ਰਹਿੰਦੇ ਹਾਂ। ਹਾਂਜੀ, ਤੁਮ ਤੇ ਪ੍ਰਥਮ ਰਾਜ ਤਿਨਕੇਰਾ, ਕਰਤ ਜਗ ਦੇ ਦਰਬ ਕਨੇਰਾ। ਤੇ ਤੁਹਾਡੇ ਤੋਂ ਪਹਿਲਾਂ ਖੱਤਰੀਆਂ ਦਾ ਰਾਜ ਸੀਗਾ, ਮੁਸਲਮਾਨਾਂ ਤੁਰਕਾਂ ਤੋਂ ਪਹਿਲਾਂ ਖੱਤਰੀਆਂ ਦਾ ਰਾਜ ਸੀ, ਤੇ ਖੱਤਰੀ ਲੋਕ ਹੀ ਸਾਨੂੰ ਪਾਲਦੇ ਨੇ। ਹਾਂਜੀ, ਸੋ ਅਬ ਅਪਰ ਕ੍ਰਿਤ ਲਗ ਪਰੇ, ਹਾਂਜੀ, ਜਿਉ ਕਿਉ ਆਪਣ ਜੀਵ ਕਾ ਕਰ। ਗੱਜ ਕੇ ਆਖੋ ਵਾਹਿਗੁਰੂ। ਹੁਣ ਖੱਤਰੀ ਵੀ ਹੋਰ ਹੋਰ ਪਾਸੇ ਤੁਰ ਪਏ ਨੇ, ਤੇ ਅਸੀਂ ਤੇ ਅੱਗੇ ਬੜੇ ਗਰੀਬੀ ਵਿੱਚ ਦਿਨ ਕੱਟ ਰਹੇ ਹਾਂ। ਹਾਂਜੀ, ਤਉ ਸਕਲ ਹਿੰਦੁਨ ਕੇ ਮਾਹੀ, ਹਾਂਜੀ, ਛਤਰੀ ਬੜੇ ਔਰ ਸਮ ਨਾਹੀ। ਤੇ ਫਿਰ ਵੀ ਸਾਨੂੰ ਜਿਹੜਾ ਮੁੱਖ ਆਸਰਾ ਉਹ ਖੱਤਰੀਆਂ ਦਾ ਹੈ, ਖੱਤਰੀਆਂ ਦਾ। ਅੱਗੇ ਗੱਲ ਬੜੇ ਧਿਆਨ ਨਾਲ ਸੁਣਿਓ ਇਹ ਹੁਣ ਸਾਰੀ। ਹਾਂਜੀ, ਉੱਤਮ ਜਾਤੀ ਕਰਮ ਪਲੇਰੇ, ਹਾਂਜੀ, ਲਖੀਅਤ ਸਹਿਜ ਸੁਭਾਏ ਅਛੇਰੇ। ਕਹਿਣ ਲੱਗੇ ਬਾਦਸ਼ਾਹ ਸਾਡੀ ਗੱਲ ਬੜੇ ਧਿਆਨ ਨਾਲ ਸੁਣਿਓ, ਇਸ ਸਮੇਂ ਅਸੀਂ ਕਿਹਨਾਂ ਦੇ ਆਸਰੇ ਤੇ ਪਲ ਰਹੇ ਉਹਨਾਂ ਦਾ ਨਾਮ ਵੀ ਸੁਣ ਲਓ। ਹਾਂਜੀ, ਤਿੰਨ ਛਤਰਿਨ ਵਿਖੇ ਸਮਚਾਦਰ, ਗੱਜ ਕੇ ਆਖੋ ਵਾਹਿਗੁਰੂ। ਹੋਰ ਖੱਤਰੀ ਤੇ ਆਪੋ ਆਪਣੇ ਕੰਮ ਕਰਨ ਲੱਗ ਪਏ ਨੇ, ਇੱਕ ਖੱਤਰੀ ਧਰਮ ਵਿੱਚ ਇਹੋ ਜਿਹੇ ਨਿਪੁੰਨ ਨੇ ਜਿਹੜੇ ਅਜੇ ਤੱਕ ਸਾਡੇ ਸਾਰੇ ਹਿੰਦੂ ਵੀਰਾਂ ਦੀ ਚਾਦਰ ਬਣੇ ਹੋਏ ਨੇ ਜੀ, ਚਾਦਰ ਬਣੇ ਹੋਏ ਜੀ। ਹਾਂਜੀ, ਸਭਨ ਬੜੇ ਸ੍ਰੀ ਤੇਗ ਬਹਾਦਰ, ਹੱਥ ਜੋੜੋ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਉਹ ਬ੍ਰਾਹਮਣ ਵੀਰ ਨਾ ਜੀ ਔਰੰਗਜ਼ੇਬ ਦੇ ਸਾਹਮਣੇ ਕਹਿਣ ਲੱਗੇ, ਕਹਿਣ ਲੱਗੇ ਬਾਦਸ਼ਾਹ ਸਾਡੇ ਸਾਰਿਆਂ ਦੀ ਚਾਦਰ, ਸਭ ਤੋਂ ਮਹਾਨ ਧਰਮਧਾਰੀ ਸਤਿਗੁਰੂ ਸਾਡੇ ਗੁਰੂ ਨੇ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਬੜਾ ਉਹਨਾਂ ਸਿੱਧਾ ਹੀ ਨਾਮ ਲਿਆ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ। ਹਾਂਜੀ, ਗੁਰੂ ਨਾਨਕ ਕੀ ਦੀਰਘ ਗਾਦੀ, ਹਾਂਜੀ, ਥਿਰ ਹੈ ਸਿੱਖੀ ਕੀਨ ਅਬਾਦੀ। ਬਾਦਸ਼ਾਹ ਜੀ ਤੁਹਾਨੂੰ ਵੀ ਪਤਾ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਬੜੀ ਵੱਡੀ ਹੈ, ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੈ ਜੈਕਾਰ ਹੈ। ਹਾਂਜੀ, ਜਗ ਕੇ ਪੂਜ ਬਜਤ ਚਹੁ ਓਰੇ, ਹਾਂਜੀ, ਚਰਨ ਨੇ ਹੋਰਤ ਦੁਆ ਕਰ ਜੋਰੇ। ਬਾਦਸ਼ਾਹ ਜੀ ਅਸੀਂ ਉਹਨਾਂ ਦੀ ਗੱਦੀ ਤੇ ਰੱਖਦੇ ਹਾਂ ਸ਼ਰਧਾ, ਉਹਨਾਂ ਦੀ ਗੱਦੀ ਤੇ ਬੈਠੇ ਗੁਰੂ ਤੇਗ ਬਹਾਦਰ ਸਾਹਿਬ, ਇਸ ਕਰਕੇ ਸਾਨੂੰ ਉਹਨਾਂ ਦਾ ਆਸਰਾ ਹੈ। ਗੱਜ ਕੇ ਆਖੋ। ਹੁਣ ਇੱਕ ਗੱਲ ਧਿਆਨ ਨਾਲ ਸੁਣਿਓ, ਅੱਗੇ ਕਦੀ ਗੁਰੂ ਸਾਹਿਬ ਕੋ ਨਹੀਂ ਸੀ ਆਏ ਜੀ, ਜਿਹੜੇ ਲੋਕ ਪੁਕਾਰ ਲੈ ਕੇ ਗਏ ਨਾ ਜੀ, ਗੁਰੂ ਸਾਹਿਬ ਨੇ ਕਿਹਾ ਜਾਓ ਸਾਡਾ ਨਾਮ ਲੈ ਲਓ, ਕੋਈ ਗੱਲ ਨਹੀਂ। ਅੱਗੇ ਕਦੀ ਗੁਰੂ ਸਾਹਿਬ ਕੋ ਨਹੀਂ ਸੀ ਆਏ ਜੀ, ਇੱਕੋ ਵਾਰ ਹੀ ਗੁਰੂ ਸਾਹਿਬ ਕੋ ਆਏ, ਤੇ ਸੱਚੇ ਪਾਤਸ਼ਾਹ ਨੇ ਕਿਸ ਤਰੀਕੇ ਨਾਲ ਇਹਨਾਂ ਦੀ ਬਾਂਹ ਫੜ ਲਈ ਜੀ। ਇਹਨਾਂ ਨੂੰ ਵੀ ਪਤਾ ਵੀ ਅਸੀਂ ਬੋਲ ਕੀ ਰਹੇ ਹਾਂ ਜੀ, ਪਤਾ ਇਹਨਾਂ ਨੂੰ ਵੀ ਹੈਗਾ ਜੀ ਵੀ ਅਸੀਂ ਤੇ ਮੰਨਦੇ ਤਾਂ ਹੈਗੇ ਨਹੀਂ ਸੀਗੇ ਜੀ ਪਹਿਲਾਂ। ਹਾਂਜੀ, ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਤੇ ਜਦੋਂ ਸ਼ਰਧਾ ਬੱਜ ਗਈ, ਇੱਕੋ ਵਾਰੀ ਆਏ ਜੀ ਗਏ ਜੀ। ਹੁਣ ਵੇਖ ਲਓ ਕੀ ਕਹਿ ਰਹੇ ਵੀ ਅਸੀਂ ਤੇ ਮੰਨਦੇ ਹੀ ਉਹਨਾਂ ਨੂੰ, ਕਹਿਣ ਲੱਗੇ ਸਾਡੇ ਤੇ ਇਸ਼ਟ ਨੇ ਉਹ, ਸਾਡੇ ਤੇ ਗੁਰੂ ਨੇ ਉਹ। ਹਾਂਜੀ, ਸ਼ਰਧਾ ਤਾਂ ਰਹੇ,
ਸ਼ਰਧਾ ਧਰੈ ਕਾਮਨਾ ਪਾਵੈ। ਅਸੀਂ ਉਹਨਾਂ ਤੇ ਸ਼ਰਧਾ ਧਰਦੇ ਹਾਂ ਤੇ ਉਹਨਾਂ ਤੋਂ ਹੀ ਸਾਰੀਆਂ ਕਾਮਨਾਵਾਂ ਪ੍ਰਾਪਤ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ। ਹਾਂਜੀ, ਆਵਤ ਜਾਤੇ ਗੁਣ ਗਣ ਗਾਵੈ। ਆਉਂਦੇ ਆ ਜਾਂਦੇ ਆ ਬਾਦਸ਼ਾਹ, ਅਸੀਂ ਤੇ ਉਹਨਾਂ ਦੇ ਗੁਣ ਗਾਉਂਦੇ, ਦਿਨ ਰਾਤ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦੇ ਆ। ਹਾਂਜੀ, ਕਹੈ ਕੇ ਕਹੈ ਕ੍ਰਿਤ ਸੁਭ ਹੋ ਜਾਏ, ਅੰਗੀਕਾਰ ਸਭਨ ਕੇ ਸੋਏ। ਤੇ ਉਹ ਹੀ ਸਾਡੀ ਸਹਾਇਤਾ ਕਰਨ ਵਾਲੇ ਨੇ, ਅਸੀਂ ਉਹਨਾਂ ਦੇ ਕਹੇ ਅਨੁਸਾਰ ਕੰਮ ਕਰਦੇ ਆ। ਹਾਂਜੀ, ਯਾ ਤੇ ਜਗਤ ਗੁਰੂ ਪਦ ਭਾਰੋ, ਹਾਂਜੀ, ਹਿੰਦੂ ਨਾਮ ਤਿਨ ਕੇ ਅਨੁਸਾਰ। ਗੱਜ ਕੇ ਆਖੋ ਵਾਹਿਗੁਰੂ। ਜਗਤ ਵਿੱਚ ਉਹਨਾਂ ਦਾ ਬੜਾ ਸਤਿਕਾਰ ਹੈ, ਸਾਡੇ ਸਾਰਿਆਂ ਦੇ ਮੁੱਢ ਨੇ। ਬਾਦਸ਼ਾਹ ਸੁਣਦਾ ਗਿਆ ਜੀ ਗੱਲ, ਅਗਲੀ ਗੱਲ ਬੜੇ ਧਿਆਨ ਨਾਲ ਸੁਣਿਆ ਹੁਣ। ਹਾਂਜੀ, ਤਿੰਨ ਕੋ ਪ੍ਰਥਮ ਸਰਾ ਮਹਿਲਿਆ ਵਹੁ। ਗੱਜ ਕੇ ਆਖੋ ਵਾਹਿਗੁਰੂ। ਅਸੀਂ ਸਾਰੇ ਉਹਨਾਂ ਦੇ ਪਿੱਛੇ ਆ। ਬਾਦਸ਼ਾਹ ਜੀ, ਜੇ ਤੁਸੀਂ ਸਾਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਹੋ ਤੇ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਸਲਮਾਨ ਬਣਾ ਦਿਓ। ਕਹਿਣ ਲੱਗੇ, ਹਾਂਜੀ, ਗੱਲ ਉਹਨਾਂ ਆਪਣੀ ਕਰਤੀ ਜੀ ਜਾ ਕੇ। ਜੇ ਤੁਸੀਂ ਸਾਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਹੋ ਨਾ ਤੇ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਸਲਮਾਨ ਬਣਾ ਦਿਓ। ਹਾਂਜੀ, ਨਿਜ ਮਤ ਕੋ ਈਮਾਨ ਰਖਾਵੋ। ਉਹਨਾਂ ਦਾ ਕਿਹੇ ਤਰੀਕੇ ਨਾਲ ਈਮਾਨ ਬਦਲ ਦਿਓ, ਅਸੀਂ ਆਪੇ ਸਾਰੇ ਈਮਾਨ ਬਦਲ ਦਿਆਂਗੇ ਆਪਣਾ। ਕਹਿਣ ਲੱਗੇ, ਜੇ ਗੁਰੂ ਸਾਹਿਬ ਮੁਸਲਮਾਨ ਬਣ ਗਏ ਤੇ ਅਸੀਂ ਆਪੇ ਸਾਰੇ ਮੁਸਲਮਾਨ ਬਣ ਜਾਵਾਂਗੇ। ਹਾਂਜੀ, ਬਾਹਰ ਨਾ ਤੁਮ ਕਿਸ ਕੋ ਕੁਛ ਕਹੀਏ। ਤੁਹਾਨੂੰ ਬਾਅਦ ਚੋਂ ਸਾਨੂੰ ਕਹਿਣ ਦੀ ਲੋੜ ਨਹੀਂ ਪਏਗੀ। ਕੱਜ ਕੇ ਆਖੋ ਵਾਹਿਗੁਰੂ। ਤੁਹਾਨੂੰ ਸਾਨੂੰ ਕਹਿਣ ਦੀ ਲੋੜ ਨਹੀਂ ਪਏਗੀ, ਅਸੀਂ ਆਪੇ ਹੀ ਮੁਸਲਮਾਨ ਬਣ ਜਾਣਾ। ਪਰ ਸਾਡੇ ਤੋਂ ਪਹਿਲਾਂ ਸਾਡੇ ਗੁਰੂ ਜੀ ਨੂੰ ਮੁਸਲਮਾਨ ਬਣਾ ਦਿਓ। ਹਾਂਜੀ, ਬਣਿਆ ਤੁਰਕ ਹਿੰਦੂ ਸਭ ਲਹੀਏ। ਹਾਂਜੀ, ਪਿਹ ਕਰ ਏਮ ਸ੍ਰੀ ਤੇਗ ਬਹਾਦਰ, ਸਰਾ ਸਰਬ ਮਾਨੈ ਤਬ ਸਾਦਰ। ਬਸ ਉਹਨਾਂ ਨੂੰ ਤੁਸੀਂ ਮਨਾ ਲਓ ਤੇ ਅਸੀਂ ਆਪੇ ਸਾਰੇ ਮੁਸਲਮਾਨ ਬਣ ਜਾਵਾਂਗੇ। ਪਰ ਹੁਣ ਹੱਥ ਜੋੜੋ ਇੱਕ ਵਾਰੀ ਤੇ ਗੱਜ ਕੇ ਆਖੋ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਅੱਗੋਂ ਔਰੰਗਜ਼ੇਬ ਕੀ ਜਵਾਬ ਦਿੰਦਾ ਉਹ ਤੇ ਆਪਾਂ ਕੱਲ ਨੂੰ ਸੁਣ ਲਾਂਗੇ, ਪਰ ਗੁਰੂ ਸਾਹਿਬ ਦਾ ਇੱਕ ਸਲੋਕ ਸੁਣੋ। ਮਹਾਰਾਜ ਕਹਿੰਦੇ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਮਹਾਰਾਜ ਕਹਿੰਦੇ, ਗਿਆਨੀ ਪਤਾ ਕਿਹਨੂੰ ਕਹਿੰਦੇ? ਜਿਹੜਾ ਐਵੇਂ ਨਾ ਕਿਸੇ ਦਾ ਡਰ ਕਬੂਲ ਲੈ। ਕਹਿਣ ਲੱਗੇ, ਤੇ ਕਿਸੇ ਨੂੰ ਡਰਾਵੇ ਵੀ ਨਾ। ਗੱਜ ਕੇ ਆਖੋ, ਦਲੇਰ ਵੀ ਰਵੇ ਤੇ ਨਿਰਵੈਰ ਵੀ ਰਹੇ। ਕਹਿਣ ਲੱਗੇ, ਡਰਾਵੇ ਨਾ ਕਿਸੇ ਨੂੰ ਤੇ ਕਿਸੇ ਦਾ ਡਰ ਵੀ ਨਾ ਲਵੇ ਕਬੂਲ ਜੀ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਗੁਰੂ ਤੇਗ ਬਹਾਦਰ ਸਾਹਿਬ ਕਿਸੇ ਨੂੰ ਡਰਾਉਂਦੇ ਨਹੀਂ ਪਏ, ਤੇ ਜੇ ਕੋਈ ਡਰਾਵੇ ਤੁਰ ਤੋਂ ਡਰਨ ਵਾਲੇ ਵੀ ਨਹੀਂ ਹੈਗੇ ਜੀ। ਮਹਾਰਾਜ ਸੱਚੇ ਪਾਤਸ਼ਾਹ, ਹਾਂਜੀ, ਉਹੀ ਅਸਲ ਵਿੱਚ ਗਿਆਨਵਾਨ ਪੁਰਸ਼ ਹੈਗਾ ਜੀ। ਥੋੜ੍ਹੀ ਜਿਹੀ ਤਾਕਤ ਹੋ ਕੇ ਕਿਸੇ ਨੂੰ ਡਰਾ ਦੇਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਜੀ। ਹਾਂਜੀ, ਬਹੁਤ ਵੱਡੀ ਤਾਕਤ ਹੋਣੀ ਉਹਨੂੰ ਜਰ ਕੇ ਰੱਖਣਾ ਬੜੀ ਵੱਡੀ ਗੱਲ ਹੈਗੀ ਜੀ। ਬਹੁਤ ਵੱਡੀ ਤਾਕਤ ਅੰਦਰ ਹੋਣੀ ਉਹਨੂੰ ਜਰ ਕੇ ਰੱਖਣਾ ਵੱਡੀ ਗੱਲ ਹੈ। ਹਾਂਜੀ, ਇਹ ਜ਼ਿਆਦਾ ਵੱਡੀ ਗੱਲ ਹੈ, ਇਹ ਹੈ ਗਿਆਨਵਾਨ ਪੁਰਸ਼ ਦੀ ਨਿਸ਼ਾਨੀ ਦੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੇ ਇਹਨਾਂ ਨੂੰ ਡਰਾਉਣ ਨਹੀਂ ਦਏ ਤੇ ਇਹਨਾਂ ਤੋਂ ਡਰਨਾ ਵੀ ਨਹੀਂ ਹੈਗਾ ਜੀ। ਮਹਾਰਾਜ ਨੇ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਅੱਗੋਂ ਕੀ ਕਿਰਪਾ ਕਰਦੇ, ਇਹਨਾਂ ਨੂੰ ਜੋ ਗੁਰੂ ਸਾਹਿਬ ਨੇ ਆਖਿਆ ਉਹ ਇਹਨਾਂ ਬੋਲਤਾ ਵੀ ਜੇ ਗੁਰੂ ਸਾਹਿਬ ਬਣ ਜਾਂਦੇ ਤੁਰਕ, ਅਸੀਂ ਆਪੇ ਤੁਰਕ ਬਣ ਜਾਵਾਂਗੇ। ਹੁਣ ਔਰੰਗਜ਼ੇਬ ਵੀ ਸੋਚੇਗਾ ਵੀ ਫਿਰ ਮੈਂ ਜੜ ਫੜਾਂ ਹਾਂ, ਮੈਂ ਗੁਰੂ ਸਾਹਿਬ ਨੂੰ ਮੁਸਲਮਾਨ ਬਣਾ ਦਿਆਂ, ਅਤੇ ਦੋ ਸ਼ਰਤਾਂ ਮੁੱਖ ਹੋਣੀਆਂ ਕਿ ਆਪਣਾ ਧਰਮ ਬਦਲ ਲਓ, ਜੇ ਧਰਮ ਨਹੀਂ ਬਦਲਣਾ ਤੇ ਫਿਰ ਸਾਨੂੰ ਕਰਾਮਾਤ ਕਰਕੇ ਵਿਖਾ ਦਿਓ। ਅੱਜ ਕੇ ਆਖੋ, ਤੇ ਅੱਗੋਂ ਫਿਰ ਤੁਸੀਂ ਪ੍ਰਸੰਗ ਸੁਣ ਹੀ ਲੈਣਾ ਸਾਰਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਣਾ, ਭਾਈ ਧਰਮ ਕਿਸੇ ਕੀਮਤ 'ਤੇ ਨਹੀਂ ਬਦਲਣਾ, ਤੁਸੀਂ ਵੀ ਨਾ ਆਪਣਾ ਬਦਲੋ। ਪਰ ਅਸੀਂ ਆਪਣਾ ਨਹੀਂ ਬਦਲਣਾ, ਕਰਾਮਾਤ 'ਤੇ ਕਿਸੇ ਕੀਮਤ 'ਤੇ ਵੀ ਨਹੀਂ ਵਿਖਾਉਣੀ। ਕਹਿਣ ਲੱਗੇ, ਅਜੇ ਕਿ ਸੁੱਤੇ ਸਿੱਧ ਮਹਾਰਾਜ ਕਈ ਕੁਝ ਕਰ ਦਿੰਦੇ ਸੀਗੇ ਜੀ। ਹਾਂਜੀ, ਉਹ ਸੁਣਿਆ ਨਾ ਇੱਕ ਪਾਣੀ 'ਚ ਹੀ ਆਖਿਆ, ਨਹਾਈ ਚੱਲੋ ਕਦੀ ਬੁਖਾਰ ਹੀ ਨਹੀਂ ਚੜੇਗਾ ਜੀ। ਇਹ ਕਰਾਮਾਤ ਨਹੀਂ ਹੈਗੀ ਜੀ, ਕਰਾਮਾਤ ਹੀ ਹੈ, ਪਰ ਆਪਣੀ ਵਡਿਆਈ ਵਿਖਾਉਣ ਵਾਸਤੇ ਗੁਰੂ ਸਾਹਿਬ ਨੇ ਕਰਾਮਾਤ ਨਹੀਂ ਕਿਤੇ ਵਿਖਾਈ ਜੀ। ਹਾਂਜੀ, ਗੁਰੂ ਘਰ ਵਿੱਚ ਤਾਂ ਕਰਾਮਾਤਾਂ ਦਾ ਹੜ ਹੈਗਾ ਜੀ, ਹੜ ਤੋਂ ਵੀ ਵੱਧ ਹੀ ਕੁਛ ਹੈਗਾ ਜੀ। ਹਾਂਜੀ, ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਆਪਾਂ ਫਿਰ ਕੱਲ੍ਹ ਨੂੰ ਸਰਵਣ